प्रोग्राम एक नज़र विच तुहाडा स्वागत है। जिदा कि तुहानू पता है कि इस प्रोग्राम दे विच असी नज़र रखते हैं कि जो साढ़े आस पास इस महामारी नूं लैके जां इस माहौल नूं लैके हो रहा जिथे उसते नज़र रखते हैं, उसते नज़र रखते हैं कि प्रशासन कैसी गाइडलाइनस दे रहा है ते किस तरीके दे नाल लोकां नूं जीण लई दस रहा है। तो नाल दी नाल नज़र रख रहे हैं कि लोग जो ने साढ़े पब्लिक आ वो ठीक तरीके नाल उहदा पालन कर रही है, कितने कोई घाटता नहीं, लोगों दीआं समस्यावां जो ने प्रशासन तक उहदा पहुँचाउण दा यतन कर रहे हैं ते प्रशासन दा मैसेज जो है लोगों तक पहुँचाउण दा जिहड़ा असी यतन करते हैं। तो नाल दी नाल चर्चा करते हैं अज दे जो मुद्दे ने इन्हां चीज़ां नूं लैके चलदे। तो अज साडे नाल विशेष तौर पर हाजिर होए ने सरदार गुरमीत सिंह पलाई जो कि लेखक भी ने ते सीनियर पत्रकार ने। पहला तो स्वागत है जी तुहाडा साडे। ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ। ਲਈ ਸਾਹਿਬ ਕਿ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਜਾਈਏ ਕਿ ਪੂਰੀ ਦੁਨੀਆ ਦੇ ਵਿੱਚ ਜੋ ਹੈ ਕਰੋਨਾ ਦੇ ਪੀੜਤਾਂ ਦਾ ਸਿਲਸਿਲਾ 39 ਲੱਖ ਕ੍ਰੋਸ ਹੋ ਗਿਆ, 39,39,000 ਤੋਂ ਵੱਧ ਜਿਹੜਾ ਆ ਉਹ ਜਾ ਚੁੱਕਾ ਹੈ ਅਤੇ ਹੁਣ ਤੱਕ 27,500 ਦੇ 2,75,000 ਦੇ ਕਰੀਬ ਜਿਹੜੀਆਂ ਨੇ ਉਹ ਮੌਤਾਂ ਉਹ ਹੋ ਚੁੱਕੀਆਂ ਨੇ। ਅਤੇ ਪੰਜਾਬ ਦੀ ਅਗਰ ਗੱਲ ਕਰਦੇ ਹਾਂ ਤਾਂ 1725 ਜਿਹੜੇ ਨੇ ਕੇਸ ਇੱਥੇ ਹੋ ਚੁੱਕੇ ਨੇ, ਹੁਣ ਅੱਜ ਸਵੇਰ ਦੇ ਥੋੜ੍ਹੇ ਹੋਰ ਵੱਧ ਗਏ ਨੇ ਇਹਦੇ ਵਿੱਚ, ਅਤੇ ਜਿਹੜੀਆਂ 30 ਮੌਤਾਂ ਨੇ ਉਹ ਹੋ ਚੁੱਕੀਆਂ ਨੇ। ਅਤੇ ਅਗਰ ਇੰਡੀਆ ਦੀ ਗੱਲ ਕਰੀਏ 59,000 ਤੋਂ ਉੱਪਰ ਜਿਹੜਾ ਆ ਅੰਕੜਾ ਕਰੋਨਾ ਦਾ ਉਹ ਇੰਡੀਆ ਪਾਰ ਕਰ ਚੁੱਕਾ ਹੈ, 60,000 ਦੇ ਲਾਗੇ ਪਹੁੰਚ ਚੁੱਕਾ ਹੈ। ਅਤੇ ਮੌਤਾਂ ਵੀ ਜਿਹੜੀਆਂ 1983 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਜਿੱਦਾਂ ਕਿ ਲੌਕਡਾਊਨ ਚੱਲ ਰਿਹਾ ਆ, ਇੰਨਾ ਕੁਛ ਸਰਕਾਰਾਂ ਵੱਲੋਂ ਕੀਤਾ ਗਿਆ, ਜੀ ਉਹਦੇ ਬਾਵਜੂਦ ਜਿਹੜਾ ਆ ਇਹ ਚੀਜ਼ ਇਹ ਚੇਨ ਆ ਇਹ ਟੁੱਟਣ ਦਾ ਨਾਮ ਨਹੀਂ ਲੈ ਰਹੀ, ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹਨੇ ਹੈ ਕਿ ਸਰਕਾਰ ਵੱਲੋਂ ਆਪਣੇ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਜਾਂਦੇ ਨੇ ਸਮੇਂ ਸਮੇਂ 'ਤੇ, ਉਸ ਦੀ ਪਾਲਣਾ ਕਰਨਾ ਇੱਥੋਂ ਦੇ ਨਾਗਰਿਕਾਂ ਦਾ ਫਰਜ਼ ਹੈ। ਪਰ ਆਮ ਤੌਰ 'ਤੇ ਜਿਵੇਂ ਕਿ ਸਾਡੇ ਸੱਭਿਆਚਾਰ ਦੇ ਵਿੱਚ ਔਰ ਸਾਡੇ ਆਲੇ ਦੁਆਲੇ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਕਿ ਅਸੀਂ ਬਹੁਤੇ ਡਿਸਿਪਲਿਨਡ ਕੌਮ ਨਹੀਂ ਹਾਂ। ਅਸੀਂ ਆਪਣੇ ਢੰਗ ਦੇ ਨਾਲ ਆਪਣੀ ਮਰਜ਼ੀ ਨਾਲ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਅਤੇ ਇੱਥੋਂ ਦੇ ਬਣੇ ਹੋਏ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਵੀ ਬਹੁਤੀਆਂ ਹਾਲਤਾਂ ਦੇ ਵਿੱਚ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ। ਇਹੋ ਜਿਹੀਆਂ ਹਾਲਤਾਂ ਦੇ ਵਿੱਚ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ, ਐਡਵਾਈਜ਼ਰੀਆਂ ਦਿੱਤੀਆਂ ਜਾਂਦੀਆਂ ਨੇ, ਲੌਕਡਾਊਨ ਕੀਤਾ ਜਾਂਦਾ, ਕਰਫਿਊ ਤੱਕ ਲਾਇਆ ਜਾਂਦਾ, ਪਰ ਦੇਖਣ ਦੇ ਵਿੱਚ ਆਉਂਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਦੀ ਉਲੰਘਣਾ ਕਰਨ ਦਾ ਜਿਹੜਾ ਸਾਡੇ ਮਨ ਦਾ ਸੁਭਾਅ ਹੈ, ਮਨੁੱਖ ਦੀ ਜਿਹੜੀ ਸਾਡੇ ਇਸ ਏਰੀਏ ਦੇ ਖਿੱਤੇ ਦੇ ਲੋਕਾਂ ਦੀ ਫਿਤਰਤ ਹੈ, ਉਹ ਇਸ ਮਹਾਂਮਾਰੀ ਨੂੰ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਇਸ ਕਰਕੇ ਕਾਮਯਾਬ ਨਹੀਂ ਹੋ ਰਹੇ। ਦੇਖੋ, ਮੈਂ ਉਦਾਹਰਣ ਦਿੰਦਾ, ਆਪਾਂ ਇਟਲੀ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਉੱਥੇ ਮਾਰੇ ਗਏ, ਕਰੋਨਾ ਦਾ ਬਹੁਤ ਸਾਰਾ ਵੱਡਾ ਪ੍ਰਕੋਪ ਵੀ ਉੱਥੇ ਦੇਖਣ ਨੂੰ ਮਿਲਿਆ। ਲੌਕਡਾਊਨ ਦੀ ਇੱਕ ਤਰੀਕ ਉਹਨਾਂ ਨੇ ਨਿਯਤ ਕੀਤੀ ਹੋਈ ਸੀ, ਉਸ ਤੋਂ ਬਾਅਦ ਆਪਣੇ ਆਪ ਸਾਰੇ ਕੰਮਕਾਰ ਉੱਥੇ ਖੁੱਲ੍ਹੇ ਨੇ, ਪਰ ਉਹਨਾਂ ਲੋਕਾਂ ਨੇ ਪੂਰੇ ਡਿਸਿਪਲਿਨ ਦੇ ਵਿੱਚ ਰਹਿ ਕੇ ਇਹ ਸਾਰਾ ਕੁਝ ਕੀਤਾ। ਸਰਕਾਰ ਦੀਆਂ ਹਦਾਇਤਾਂ ਦੀ ਜਿਹੜੀਆਂ ਪਹਿਲਾਂ ਜਾਰੀ ਹੁੰਦੀਆਂ ਸੀ ਉਹਨਾਂ ਨੂੰ ਉਲੰਘਣ ਦਾ ਜਿਹੜਾ ਕੰਮ ਹੈ ਉਹ ਉਹਨਾਂ ਨੇ ਨਹੀਂ ਕੀਤਾ, ਸਗੋਂ ਉਹਨਾਂ ਨੂੰ ਮੰਨਣ ਦੀ ਗੱਲ ਕੀਤੀ। ਇਹ ਮੰਨ ਕੇ ਬਸਰਾ ਜੀ, ਇਹ ਮੰਨ ਕੇ ਕਿ ਇਹ ਜਿਹੜੀ ਆਫਤ ਹੈ ਮਨੁੱਖ ਨੂੰ ਆਪਣੇ ਸਰੀਰ ਤੇ ਆਪ ਕਰਨੀ ਪੈ ਰਹੀ ਹੈ, ਇਹ ਕਿਸੇ ਨੇ ਉਹਨਾਂ ਦੇ ਤਾਂ ਤੇ ਕੰਮ ਨਹੀਂ ਕਰਨਾ ਹੈ। ਅਸਲ ਵਿੱਚ ਤਾਂ ਆਪਣੇ ਆਪ ਆਪਣੇ ਢੰਗ ਦੇ ਨਾਲ ਅਸੀਂ ਜੀਵਨ ਸ਼ੈਲੀ ਨੂੰ ਬਦਲਣਾ ਹੈ, ਆਪਣੇ ਢੰਗ ਦੇ ਨਾਲ ਅਸੀਂ ਇਹਦੇ ਖਿਲਾਫ ਲੜਾਈ ਲੜਨੀ ਹੈ, ਆਪਣੇ ਢੰਗ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਨੂੰ ਜਿਉਂਦਿਆਂ ਰੱਖਣਾ ਹੈ, ਆਪਣੇ ਢੰਗ ਦੇ ਨਾਲ ਅਸੀਂ ਸਮਾਜ ਦੇ ਵਿੱਚ ਜੋ ਸਾਡੀਆਂ ਡਿਊਟੀਆਂ ਨੇ ਉਹ ਨਿਭਾਉਣੀਆਂ ਨੇ। ਪਰ ਉਹ ਨਿਭਾਉਣ ਲਈ ਜੋ ਸਾਨੂੰ ਦਿਸ਼ਾ ਨਿਰਦੇਸ਼ ਸਾਡੇ ਡਾਕਟਰ ਸਾਹਿਬਾਨ ਨੇ, ਸਾਡੇ ਸਾਇੰਸਦਾਨਾਂ ਨੇ, ਜਾਂ ਉਹ ਲੋਕ ਜਿਹੜੇ ਇਸ ਆਫਤ ਦੇ ਨਾਲ ਲੜ ਕੇ ਕੋਈ ਸਕਸੈਸ ਸਟੋਰੀਜ ਲੈ ਕੇ ਸਾਹਮਣੇ ਆ ਚੁੱਕੇ ਨੇ, ਉਹਨਾਂ ਦਾ ਮਾਰਗ ਦਰਸ਼ਨ ਜਿਹੜਾ ਹੈ ਅਸੀਂ ਲੈਣਾ ਹੈ। ਬਿਲਕੁਲ, ਅਤੇ ਹੁਣ ਤਾਂ ਜਿੱਦਾਂ ਕਿ ਆਪਣੇ ਹੈਲਥ ਡਿਪਾਰਟਮੈਂਟ ਆਫ ਇੰਡੀਆ ਨੇ ਵੀ, ਅਤੇ ਉਸ ਤੋਂ ਇਲਾਵਾ ਕੇਜਰੀਵਾਲ ਸਾਹਿਬ ਦਾ ਕੱਲ੍ਹ ਬਿਆਨ ਆਇਆ ਸੀ ਜੀ, ਬਹੁਤ ਸਾਰੇ ਡਾਕਟਰ ਸਾਹਿਬਾਨ ਹੁਣ ਇਹ ਆਮ ਕਹਿਣ ਲੱਗ ਪਏ ਨੇ ਕਿ ਜੋ ਇਹ ਮਹਾਂਮਾਰੀ ਆ ਇਹ ਸਾਡੀਆਂ ਜੜ੍ਹਾਂ ਤੱਕ ਪਹੁੰਚ ਚੁੱਕੀ ਆ ਜੀ, ਜੇ ਇਹ ਕਹੀਏ ਕਿ ਇਹ 15 ਦਿਨਾਂ ਨੂੰ ਮਹੀਨੇ ਨੂੰ ਹਟ ਜਾਏਗੀ, ਇੱਦਾਂ ਹਟਣੀ ਨਹੀਂ। ਤੁਸੀਂ ਇਹਦੇ ਨਾਲ ਜੀਣ ਦੀ ਆਦਤ ਪਾ ਲਓ, ਇਹਦਾ ਤਰੀਕਾ ਸਿੱਖ ਲਓ ਕਿ ਕਿਸ ਤਰੀਕੇ ਨਾਲ ਜੀਣਾ ਆ, ਕਿਸ ਤਰੀਕੇ ਨਾਲ ਬਚਣਾ ਆ, ਕਿਸ ਤਰੀਕੇ ਨਾਲ ਸਾਫ਼ ਸਫਾਈ ਰੱਖਣੀ ਆ, ਕਿਸ ਤਰੀਕੇ ਨਾਲ ਸੋਸ਼ਲ ਡਿਸਟੈਂਸ ਰੱਖਣੀ ਆ, ਇਹ ਸਾਰੀਆਂ ਚੀਜ਼ਾਂ ਨੂੰ ਇਹਨੂੰ ਕਦੇ ਲੈਂਦੇ ਹੋ ਕਿ ਵੀ ਜਦੋਂ ਇਹਨਾਂ ਲੋਕਾਂ ਨੇ, ਇਹਨਾਂ ਜਿਹੜੀਆਂ ਗਵਰਨਮੈਂਟ ਇੰਸਟੀਚਿਊਟ ਨੇ, ਇਹਨਾਂ ਨੇ ਸਾਨੂੰ ਇਹ ਕਹਿ ਦਿੱਤਾ, ਤੇ ਕੀ ਫੇਰ ਵੀ ਲੋਕਾਂ ਨੂੰ ਸਮਝਣ ਦੀ ਲੋੜ ਹੈ?
देखो मैं इतिहास के विचों कुछ उदाहरणां तुहाडे नाल सांझियां करदा। मनुखता नूं प्लेग वर्गी महामारी का सामना करना पिया। उस तो बाद समाल पोक्स जिहड़ी है अज भी नहीं है, एक तो कहिंदे ने 1325 ईस्वी दे विच जां उस दे लागे छागे चाइना विच हुई, इटली विच हुई, होर मुल्कां दे विच हुई, पर उस तो भी पहला सदी दे विच मनुख इहो जिहियां मारां जिहड़ियां ने अपने शरीर दे उत्ते चलदा रहा। कारण उसका कुछ भी होवे, मनुख कुदरत दे नाल जिस वेले खिलवाड़ करदा उस हाल दे विच उसनूं उसका प्रकोप भी चलना पैंदा। ये प्रकोप भी जिहड़ा असीं इस वेले चल रहे हाँ ये कुदरत दे नाल छेड़छाड़ करन दा बहुत वड्डा नतीजा साडे सामने आ। तो हुण रही गल इह भी जिस वेले असीं कहिंदे हाँ महामारी दे विच असीं लंघ रहे हाँ, असीं इस दे खिलाफ एक लड़ाई जिहड़ी लड़ रहे हाँ उस दे विच असीं बचाव भी रखना, तो यह गल बड़ी पद्धरी सीधी आ भाई। एक दिन दे विच 10 दिन दे विच 20 दिन दे जुलाई अगस्त दे विच ही खत्म होने वाली नहीं है। इस नूं तां सानूं फेस करना पैना, तो फेस करन लई असीं किहड़े ढंग तरीके अपनाउने हाँ इस बारे भी सानूं पूरा ज्ञान जिहड़ा है रखना पैना। जे असीं इह कह दईए तो हुण असीं इस महामारी तो डर के इस बीमारी तो डर के घरां विच बैठ गईए तो खावांगे की, साडी आर्थिकता जिहड़ी है खराब हो जाएगी किसे भी खिते दे विच। इस ढंग दे नाल जदों असीं गल करदे देखो अमरीका ने अपने ढंग दे नाल लई है गल, पता जी उन्होंने यह कहता भी जिन्हें मरदे आ वो तो मरन वाली गल है ही, सोशल डिस्टेंसिंग लाओ होर सारियां जिहड़ियां गल्लां ने प्रकाशन सोहरा मतलब करी जाओ, पर जिहड़े लोग इन्हां गल्लां तों अणपहज रह जांदे ने वह इस दी लपेट विच आउंदे ने। पर उन्होंने नाल दी नाल इह हुण वी इह गल करती भई एडा वड्डा अमरीका है इन्नियां वड्डियां मौतां उत्थे पहले नंबर ते आउण वाली गल उन्हां दी हो गई, उन्हां दे कोल साधन भी बहुत ने, साडे कोल तां उन्ने साधन नहीं, साडे कोल जे उस किस्म दी कहानी बन जांदी आ ते मेरा ख्याल आ भई करोड़ां दी आबादी जिहड़ी आ साडी इस प्रकोप दे विच निजिठी जाएगी। ते इस हालत दे विच तां इह गल मन के तरन दी लोड़ है भई इह दो चार दिनां दी खेड नहीं है, इस नूं तां असीं अपनी लाइफ लोंग जो साड़ी लाइफ है उस दे विच इह गल मन के तुर लैना चाहीदा भई करोना तां हुण साडे जिस्मां दे विच पहुंच ही चुका, ते असीं इस नूं खत्म करन लई अपने विच एनर्जी भर के सिर्फ शरीरक तौर ते नहीं मानसिक तौर ते भी असीं इस गल दे खिलाफ एक लड़ाई लड़नी है। जे असीं मानसिक तौर ते कमजोर हुंदे आ कोई भी बीमारी होवे मानसिक तौर ते कमजोर हुंदे आ ते असीं मतलब मर जांदे आ। देखो गल इह हुंदी आ भई जिस वेले असीं किसे बीमारी दा सामना करदे आ ते असीं शरीरक तौर ते तां परेशान हुंदे आ मानसिक तौर ते भी उहदे नाल वध परेशान हुंदे आ, ते जे असीं इह कह लईए भई असीं तां तगड़े आ भाई ते फिर असीं तगड़े हो के उस बीमारी दा मतलब मुकाबला भी करदे आ। तो इस हाल दे विच देखो सरकार ने भी इह गल नूं मन लिया, मन के इस गल नूं लिया भई इह लम्मा समां चलण वाली बीमारी आ, असीं लोकां नूं घरां दे विच बंद करके नहीं रख सकते। लोकां दे रहिण सहिण जिस ढंग दा है एक एक कमरे दे विच 10-10 साल प्रवासी मजदूर रहिंदे रहे ने, उहनां विचों कुझ ने किने काम ते चले जाणा कुझ ने घर रहि जाणा, रूटीन दे विच उहनां दा सारा काम चलदा रही सी। जिस वेले आपां लॉकडाउन की गल आ गई तो 10-10 बंदे इको कमरे 20-20 बंदे इको कमरे च आउण लग पए तो उहदे नाल होर समस्यावां जिहड़ियां ने वधियां ने। तो इस हाल दे विच टल दे के सरकार ने इस गल नूं मन लिया भई शायद अमेरिका वाली पॉलिसी अपना लईए भाई भई जे जे मुकाबला करन दी स्थिति विच असीं उस ढंग दे नाल नहीं ते जिहड़ा नुकसान लंबे समें दे बाद भी होणा हुण भी हो जाणा उस नूं असीं प्रवान कर लईए ते जिन्ने असीं बचदे हां उहनां नूं बचाउण दा नाल नाल यतन कर लईए। पर एक गल जिहड़ी इह सारे कुछ तों सिखण वाली है ਉਹ ਇਹ ਹੈ ਕਿ ਸਾਡੀਆਂ ਸਿਹਤ ਸੇਵਾਵਾਂ ਇੰਨੀਆਂ ਕਮਜ਼ੋਰ ਨੇ ਸਾਡੇ ਪੱਲੇ ਕੱਖ ਨਹੀਂ ਹੈ ਤੇ ਉਹਨਾਂ ਨੂੰ ਸਟਰੋਂਗ ਕਰਨ ਦੀ ਲੋੜ ਆ ਬਾਕੀ ਸਾਰੀਆਂ ਗੱਲਾਂ ਨਾਲੋਂ, ਕਿਉਂਕਿ ਸਾਡਾ ਦੇਖੋ ਅਰਥਚਾਰਾ ਬਹੁਤ ਵੱਡਾ ਹੋਣ ਦੀ ਗੱਲ ਵੀ ਅਸੀਂ ਕਹਿ ਰਹੇ ਹਾਂ ਪਰ ਅਸੀਂ ਆਪਣੀ ਸਿਹਤ ਦੇ ਉੱਤੇ ਉਹਨਾਂ ਧਿਆਨ ਨਹੀਂ ਦਿੰਦੇ ਜਿੰਨਾ ਅਸਲ ਮਹਿਨਿਆਂ ਵਿੱਚ ਦੇਣਾ ਚਾਹੀਦਾ। ਭਾਵੇਂ ਕਿ ਬਿਮਾਰੀਆਂ ਸਾਨੂੰ ਬਹੁਤ ਸਾਰੀਆਂ ਲੱਗੀਆਂ ਹੋਈਆਂ ਪਰ ਉਹਨਾਂ ਬਿਮਾਰੀਆਂ ਦਾ ਇਲਾਜ ਨਹੀਂ, ਜਿੰਨੇ ਸਾਨੂੰ ਡਾਕਟਰ ਚਾਹੀਦੇ ਨੇ ਉਹ ਡਾਕਟਰ ਸਾਡੇ ਕੋਲ ਉਪਲਬਧ ਨਹੀਂ, ਜਿੰਨੀਆਂ ਦਵਾਈਆਂ ਸਾਨੂੰ ਚਾਹੀਦੀਆਂ ਨੇ ਉਹ ਸਾਨੂੰ ਮਿਲ ਨਹੀਂ ਰਹੀਆਂ, ਜਿੰਨੀਆਂ ਹੋਰ ਸਿਹਤ ਸਹੂਲਤਾਂ ਜਾਂ ਸਾਡੇ ਬੱਚਿਆਂ ਨੂੰ ਤਕੜੇ ਹੋਣ ਲਈ ਮੁੱਢਲੇ ਜੀਵਨ ਦੇ ਵਿੱਚ ਚਾਹੀਦੀਆਂ ਨੇ
वह भी साढ़े को है नहीं। देखो पांच साल की उम्र तक पहुँचते पहुँचते बहुत सारे बच्चे जड़े ने वह सेहत सहूलत की कमी तो खाण की जी समस्या है उस तो बिरवे होकर मारे जाते हैं। तो ये सारे कुछ न समझ के सानू इस बीमारी का टाकरा करने की लड़ है। भाई साहब अगर गल करते हैं कि हैल्थ एडवाइजरी ने भी कल एक होर गाइडलाइनस जारी की ने डॉक्टर्स लई, उन्होंने कहा कि अगर किसी भी मरीज के अगर करोना पॉजिटिव आ उसके सिम्पटम्स नहीं आ रहे तो उन्हें छुट्टी देने दे लिए दोबारा दोबारा उन्होंने टैसट करने की जरूरत नहीं हैगी। 10 दिन रख के उन्होंने हॉस्पिटल जिथे वो सिंपल रोज़ वह टैंपरेचर चैक होएगा तो बाकी जिहड़ियां जरूरत वाली चीज़ा ने वो चैक होनगियां 10 दिन बाद विदाउट टैसट दे जी रिलीज़ किया जा सकता हॉस्पिटल तो घर जाके भी उन्होंने 14 दिन के लिए आइसोलेट करने की जरूरत नहीं है। उन्होंने सिर्फ 7 दिन जरा आइसोलेट किया जाए उस तो बाद 14 दिन बाद जी वीडियो कॉल के राही जरा चैकअप कर लिया जाए जे वो ठीक हों उन्होंने जरा कह दिता जाए कि बिल्कुल ठीक है पेशेंट। देखो गवर्नमेंट जी उन्हें इस चीज़ भी कि ढिल देती हूँ हों की एक बंदे का टैसट जो आप नमूने ले जाते हैं उस तो एक हफ्ता रिपोर्ट ही नहीं आती। बिल्कुल क्या पोजिशन होएगी कि होएगा कि वह दोबारा पॉजिटिव हो जाए कि बंद रह रहा है कि देर वो मानसिक तौर के उ कि ज्यादा प्रभाव पैदा यह चीज़ों को खत्म करने उन्होंने होर ज्यादा जरा ईजी कर दिता कि तुम उन्होंने घर भेज दो कोई गल नहीं तो जिन्होंने तो सिमटम्स नहीं है उन्होंने लगता कहते उन्होंने घर के आइसोलेट किया जाए उन्होंने हॉस्पिटल जरा ना लिजाया जाए। तो अगर गल करते हैं जी पहले श्रद्धालु की मौत हुई है पंजाब दे विच गुरजंट सिंह नाम है जी तकरीबन 68 साल के वो सन तो हजूर साहब तो वो वापस आए सन तो मानकू दे वो रहने वाले सन जी जी जी। तो एक होर यह है कि जेडे श्रद्धालु कल फगवाड़ा दे विच पॉजिटिव आए ने जी जी है ना तो नाल 6 नैगेटिव आए ने उन्होंने इत्थे पहला भी एक वीडियो जारी करके कहा कि कैप्टन साहब बड़ी असी वीडियो अपने चैनल पर भी चलाई है उन्होंने कहा कैप्टन साहब कि जे असी जिने बंदे हाँ सारे ही एक जगह के उत्ते सानू रखा गया है आप इस टॉपिक से नाल दी नाल गल करते हैं बट सानू एक जुड़े ने। हैलो हैलो हाँ जी सर सत श्रीकाल जी कौन बोल रहे जी? सर मैं जगदीप सिंह हो रहा जी पिंड पांडवे तो। हाँ जी हाँ जी की कहना चाहते हैं जी? सर जी हाँ जी सर इना करोना का कह रहे सर जी कोई प्रॉब्लम आ रही है जी आप जो अपने नशा छुड़ाऊ केंद्र है ना जी। हाँ जी हाँ जी उत्ते सर जी मेरा ब्रदर डेली दवाई खान जा रहा है डेली वो एक दिन की दवाई दे रहा है इन्ना जी सू डर लग रहा है जी ब्रदर करोना का उत्ते अंदर पेशेंट भी है करोना के नोट कर लेने कोशिश करते हैं कि जो प्रशासन निगाह जी चीजा प्लीज जी डेली जा रहे जी मेरा ब्रदर डेली दवाई खाने अंदर करोना के पेशेंट भी है जी आफत जिस वेले आई ते पंजाब दे विच नशे दे उत्ते काफी सारी जिहड़ी आ ओ रोक लगी जिस वेले रोक लगी उस वेले बहुत सारे नौजवान जां बहुत सारे होर लोग जिहड़े नशे तो पीड़ित सन उन्होंने नशा छुड़ाऊ केंद्रां विच आके अपनी रजिस्ट्रेशन करवाई है वह गिणती हजारां दे विच है ते जे हजारां विच उन्होंने आके अपना नशा छुड़ाउण की गल जिहड़ी आ लोक सामने रखी है एडमिनिस्ट्रेशन दे ते उस हालत विच इह फर्ज बनता एडमिनिस्ट्रेशन नूं कि वह डेली दवाई देण दी थां बड़ी जायज है और यह लोगों तक दवाई जी है घरों घरी पहुंचनी चाहिए है। बिल्कुल गल कर रहे जी जे श्रद्धालुआ की जी उन्होंने कहना सी कि साढ़े टेस्ट 29 तरीक हॉस्पिटल आए हैं 30 तरीक टेस्ट जोड़े हो गए जी तो कल जाके उन्होंने रिपोर्ट आई है तो परसों उन्होंने वीडियो जारी करके कहा कि सानू 8-10 दिन हो चले साड़ी हजे तक रिपोर्ट नहीं आई असी सारे बंदे कट्ठे रह रहे हैं जे एक बंदा साडे चो पॉजिटिव होया बाकी भी तो सारे हो जाएंगे हुण उन्होंने
पांच पॉजिटिव आए ने छे नैगेटिव आए ने जी ते हुण की गरंटी आई जिहड़े बाकी छे आ उह हुण तक नैगेटिव ही रहे होणगे। देखो ये बड़ी हैरानीजनक गल तो एक ये भी इन्ने दिन रिपोर्ट जिहड़े आ लगते ने चाहिए तो यह है भी साढ़े को इस किस्म का सिस्टम हो गए। एक पास तो अभी एड्डी वड्डी गंभीर बीमारी के नाल डर रहे हैं तो सानू रिपोर्टा जड़ियां ने अठा दसा दिन बाद आदियां ने तो अठा दसा दिन बाद जो रिपोर्ट आई है पांच जड़े ने पॉजिटिव आए ने ते नाल बाकी छे जड़े नैगेटिव रहने वाले ने वह भी तो कट्ठे ही रहे ने कितने ना कितने आपस में गल करते हो माड़ी मोटी वाशरूम इको जहा एक वरतते हैं यहो जी हालत जी जे बन जाती है तो मैं समझा भी बड़े वे सवाल जड़े ने वह साड़िया सेहत संबंधित जड़िया गल् ने उन्होंने उत्ते खड़े करते हैं। मैं समझा कि बहुत वड्डा प्रकोप है इसनों एमरजेंसी वांगर सानू लेना चाहिए ना कि कैजुअल लेना चाहिए भावें कि कहा यह जाता भी असी इस मामले ते लड़न लई अपने आप नू पूरी तरह चौकस किया होया पर चौकसी जिहड़ी है कई हालतों के करती जापती है। बिल्कुल जी तो एक तो यह चीज़ है एक ये कि गवर्नमेंट ने श्रद्धालु पहला तो यह कि बी जे वापस आने नहीं कहते उदो बुलाए नहीं जे वापस बुलाए तो मोहरे अरेजमेंट्स कोई नहीं किए जी ये अपने आप के जेडे इन्ने बदे पॉजिटिव आना कि गवर्नमेंट की नैगलीजेंसी नहीं है। बिल्कुल पहली स्टेज तो यह है भी जिस वेले जितों तोरे गए हैं उन्होंने नाल जो कोई मजदूर ज होर पंजाबी सज्जन रले ने वह अपने आप के बहुत वड्डा लैब से पर उस तो भी पहला पे कि उत्ते जिहड़े टेस्ट होए ने वह पूरे अथेंटिक टेस्ट होए ने सही टेस्ट होए ने जां सिंपल यह देख लिया भी इस नूं बुखार हो गया ते गाहां तोड़ दिता लंगर उत्ते वरदा रहा लोकां दे नाल उह मिलदे गए ने लंगर दे विच समान जिहड़ा बाहरों आउंदा होएगा वह भी केस ढंग दे नाल आउंदा होएगा यह आपां सारिआं नूं पता। पर हुण एक गल जिहड़ी देखण वाली आ उह इह आ ਭਈ ਬਹੁਤ ਸਾਰੇ ਲੋਕ ਜਿਹੜੇ ਐਨ ਆਰ ਆਈ ਹੁਣ ਆਉਣ ਵਾਲੇ ਨੇ ਜਹਾਜ਼ਾਂ ਦੇ ਵਿੱਚ ਆਉਣਗੇ ਸਟੂਡੈਂਟ ਵੀ ਆਉਣਗੇ ਹੋਰ ਸਮੁੰਦਰੀ ਜਹਾਜ਼ ਦੇ ਵਿੱਚ ਵੀ ਕੁਛ ਪੰਜਾਬੀ ਸੱਜਣ ਜਿਹੜੇ ਨੇ ਉਹ ਪਹੁੰਚਣ ਵਾਲੇ ਨੇ ਔਰ ਕੈਪਟਨ ਸਾਹਿਬ ਨੇ ਵੀ ਇਹ ਕਿਹਾ ਵੀ ਸ਼ਰਧਾਲੂਆਂ ਵਾਲੀ ਗੱਲ ਤਾਂ ਠੀਕ ਹੈ ਉਹਨਾਂ ਨੂੰ ਅਸੀਂ ਸਾਂਭਣ ਦੀ ਗੱਲ ਅਸੀਂ ਕਰ ਰਹੇ ਹਾਂ। ਕਾਲਰ ਸਾਡੇ ਨਾਲ ਜੁੜ ਗਿਆ ਆਪਾਂ ਇਹ ਗੱਲ ਜਿਹੜੀ ਏਦਾਂ ਜਾਰੀ ਰੱਖਾਂਗੇ। ਹੈਲੋ ਹਾਂਜੀ 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 ਕੌਣ ਬੋਲ ਰਿਹਾ ਜੀ? मैं रंजीत बेनती की सरकार सारी मार्केट खुल चुकी है इंडस्ट्री खुल चुकी है ओदियां जिहड़ियां हदायतां दित्तियां उहदे मुताबक ते असीं अज बेनती कीती सी कि अपने जिहड़े जिम आ पंजाब लैवल दे जां इंडिया लैवल दे ते प्रशासन नूं बेनती कीती है भी सानूं भी कोई इदां दी हदायतां देण ते असीं अपना कम खोल सकीए बिजनेस चल सके तां कि तुहानूं भी जिहड़ी आ कमाई आवे जां बिल्कुल नाले फिट रहणगे लोक। हाँ जी नाले फिट रहेंगे अगे भी मैं एक बार तुहाडे नाल लाइव होया सी उदों मैं इही गल कही सी ਤੇ ਆਪਾਂ ਅਗਰ ਬੱਚਿਆਂ ਨੂੰ ਐਕਸਰਸਾਈਜ਼ ਕਰਾਵਾਂਗੇ ਇਮਿਊਨ ਸਿਸਟਮ ਉਹਨਾਂ ਦਾ ਸਟਰੋਂਗ ਹੋਊਗਾ ਤੇ ਆਪਾਂ ਹਰ ਬਿਮਾਰੀ ਨਾਲ ਲੜ ਸਕਦੇ ਹਾਂ ਤੇ ਅਸੀਂ ਜਿਮ ਦੇ ਵਿੱਚ ਵੀ ਪ੍ਰਿਕਾਸ਼ਨਸ ਵਗੈਰਾ ਦੇ ਕੇ ਐਕਸਰਸਾਈਜ਼ ਕਰਾਉਂਦੇ ਹਾਂ ਤੇ ਅੱਜ 50 ਦਿਨ ਤੱਕ ਅਸੀਂ ਬਾਂਧਦੇ ਹਾਂ ਤੇ ਸਾਡੀ ਇੱਕ ਅੱਜ ਅਸੀਂ ਇੱਕ ਸੰਸਥਾ ਬਣਾਈ ਆ ਪੰਜਾਬ ਆਪਣਾ ਜਿਮ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਲਾਈਵ ਹੋਈ ਹਾਂ ਸਾਰੀਆਂ ਜਿਮਾਂ ਆਪਣੇ ਆਪਣੇ ਲਾਈਵ ਹੋਏ ਆ ਫੇਸਬੁੱਕ ਤੇ ਜਾਂ ਮੀਡੀਆ ਤੇ ਕਦੇ ਵੀ ਇਹੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਤੇ ਤੁਹਾਡੇ ਥਰੂ ਵੀ ਮੈਂ ਇਹੀ ਕਹਿਣਾ ਚਾਹੁੰਦਾ ਤੇ ਸਾਡਾ ਲੋਕਲ ਪ੍ਰਸ਼ਾਸਨ ਡੀਸੀ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਸਾਨੂੰ ਵੀ ਕੋਈ ਰਾਇਤ ਦਿੱਤੀ ਜਾਵੇ ਅਸੀਂ ਉਹਨਾਂ ਦੇ ਹਰ ਤਰ੍ਹਾਂ ਦੇ ਜੋ ਵੀ ਇਹ ਸਾਨੂੰ ਕਹਿਣਗੇ ਰਾਇਤ ਦੇਣਗੇ ਉਹਦੇ ਮੁਤਾਬਕ ਅਸੀਂ ਜਿੰਮ ਖੋਲਾਂਗੇ ਤੇ ਅਸੀਂ ਤੋਂ ਕੋਸ਼ਿਸ਼ ਇਹ ਕੀਤੀ ਵੀ ਜਿਹੜਾ 1000 ਸਕੁਅਰ ਫੁੱਟ ਦਾ ਜਿੰਮ ਆ ਉਹਦੇ ਵਿੱਚ 5 ਮੈਂਬਰ ਐਟ ਅ ਟਾਈਮ ਐਕਸਰਸਾਈਜ਼ ਲਾ ਸਕਦੇ ਆ ਸੋਸ਼ਲ ਡਿਸਟੈਂਸਿੰਗ ਰੱਖਦੇ ਹੋਏ ਪੂਰੇ ਪ੍ਰਿਕਾਸ਼ਨ ਦੇ ਨਾਲ ਨਹੀਂ ਘੱਟ ਮੈਂਬਰਸ ਨੂੰ ਬੁਲਾ ਕੇ ਤੁਸੀਂ ਜਿਹੜਾ ਆ ਉਹ ਕਰਵਾ ਸਕਦੇ ਉਹਨਾਂ ਨੂੰ ਟਾਈਮ ਅਲੱਗ ਅਲੱਗ ਦੇ ਸਕਦੇ ਹੋ। ਹਾਂਜੀ ਹਾਂਜੀ ਅਲੱਗ ਅਲੱਗ ਟਾਈਮ 45 ਮਿੰਟ ਅਸੀਂ ਦਵਾਂਗੇ ਮੈਕਸੀਮਮ 1 ਘੰਟਾ ਉਹ ਬਹੁਤ ਵਧੀਆ ਐਕਸਰਸਾਈਜ਼ ਹੋ ਜਾਂਦੀ 45 ਮਿੰਟ ਦੇ ਵਿੱਚ ਜਿੱਦਾਂ ਇੱਕ ਪੀਰੀਅਡ ਹੁੰਦਾ ਇਹ ਉਹਦੇ ਵਿੱਚ ਹਰ ਬੰਦਾ ਆਪਣੀ ਐਕਸਰਸਾਈਜ਼ ਜਿਹੜੀ ਵਧੀਆ ਕਰ ਸਕਦਾ ਆ ਆ ਜੋ ਐਕਸਰਸਾਈਜ਼ ਲਾ ਕੇ ਜਾਣਗੇ ਤੁਸੀਂ ਉਹਨਾਂ ਨੂੰ ਆਪਣੇ ਜਿਹੜੀ ਰੋਡ ਵਗੈਰਾ ਆ ਉਹਨੂੰ ਸੈਨੇਟਾਈਜ਼ ਵੀ ਕਰ ਸਕਦੇ। ਹਾਂਜੀ ਹਾਂਜੀ ਅਸੀਂ ਪੂਰਾ ਅਸੀਂ ਜਿੰਮ ਆਪਣਾ ਸੈਨੇਟਾਈਜ਼ ਕਰਾਂਗੇ ਔਰ ਜਦੋਂ ਸਾਡੇ ਕੋਲ ਬੱਚਾ ਆਉਂਦਾ ਆ ਉਹ ਅਸੀਂ ਉਹਨੂੰ ਸੈਨੇਟਾਈਜ਼ ਕਰਕੇ ਹੀ ਅੰਦਰ ਵਾੜਾਂਗੇ
जो बाकी सानू सरकार वालों नीतियां बना सानू दसणगे असीं उहदे मुताबिक ही चलांगे। ठीक है जी, बिल्कुल चंगी गल है जी। देखो असीं तां आप कहने गल दी गल खोले साडी अपनी उगड़ा बाहर आउण लग पईआं। बिल्कुल बिल्कुल हाँ जी, इस वे बहुत ज्यादा क्योंकि देखो साढ़े जिम इंडस्ट्री के नाल लखा ही लोग जुड़े हुए आ, जिहड़े वर्कर है, कोच है, स्वीपर है, जिन्हें भी है वो सारे बेरोजगार हुए घर बैठे आ। ठीक है जी, धन्यवाद जी, धन्यवाद। हर एक बंदे ने रोटी खानी है, किन्ने बंदे इन्हां नाल भी जुड़े हुए ने, बिजनेस चलदा है, इन्हां दा एक अलग मुद्दा है। पहला आपां गल कर रहे सी जो सरकार दीआं, देखो मैं गल कर रहा सी जिस वेले हुण साडे कोल बहुत सारे होर साडे प्रौहणे अपने घर आने वाले ने, उस हाल दे विच असीं किन्ने कोलाइट होए हां, साडियां सेह सेवावां जां असीं सारे लोग किन्ने कि उन्हां नूं वेलकम करन लई जां उन्हां दी जिहड़ियां समस्यावां उन्हां नूं हल करन लई कित्थे कु तक असीं एफिशिएंटली सोच रहे हां। गल इह आ कि कहा तां इह जाऊगा कि उह आ गए ने 14 दिन उन्हां ने इत्थे रहि लिया, ਘਰਾਂ ਦੇ ਵਿੱਚ ਬੰਦ ਕਰ ਲਏ ਜਾਂ ਉਹਨਾਂ ਨੂੰ ਹੋਰ ਥਾਂ ਤੇ ਰੱਖ ਲਿਆ, ਪਰ ਉੱਧਰ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਲੇਬਰ ਦਾ ਕਲਾਸ ਦਾ ਕੰਮ ਕਰਨ ਵਾਲੇ ਬਾਹਰਲੇ ਸੂਬਿਆਂ ਵਿੱਚੋਂ ਵੀ ਆ ਰਹੇ ਨੇ, ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਆ ਰਹੇ ਨੇ, ਉਹਨਾਂ ਦੇ ਵਾਪਸ ਜਾਣ ਦੀ ਗੱਲ ਕਦੇ ਹੋ ਸਕਣੀ ਕਿ ਨਹੀਂ ਹੋ ਸਕਣੀ, ਉਹਨਾਂ ਨੂੰ ਫਿਰ ਤੇ ਰੁਜ਼ਗਾਰ ਵੀ ਚਾਹੀਦਾ। ਬਿਲਕੁਲ, ਤੇ ਜਿਸ ਵੇਲੇ ਰੁਜ਼ਗਾਰ ਚਾਹੀਦਾ ਤੇ ਸਾਡੇ ਪੰਜਾਬੀਆਂ ਦੇ ਕੋਲ ਜਿਹੜਾ ਕੰਮ ਕਰਨ ਦੀ ਰੁਚੀ ਪਹਿਲਾਂ ਅਸੀਂ ਖਤਮ ਹੀ ਲਗਭਗ ਕਰ ਚੁੱਕੇ ਬੈਠੇ ਹਾਂ, ਰੁਜ਼ਗਾਰ ਦੇ ਮੌਕੇ ਬਹੁਤ ਸਾਰੇ ਹੋਣਗੇ, ਪਰ ਜੇ ਸਾਡੇ ਕਾਰੋਬਾਰ ਖੁੱਲਣਗੇ ਸਾਡੀ ਇੰਡਸਟਰੀ ਮੁੜ ਕੇ ਫਿਰ ਥਾਂ ਸਿਰ ਆਏਗੀ, ਤਦੇ ਅਸੀਂ ਉਹਨਾਂ ਨੂੰ ਰੁਜ਼ਗਾਰ ਦੇ ਸਕਾਂਗੇ ਤੇ ਤਦੇ ਅਸੀਂ ਉਹਨਾਂ ਨੂੰ ਆਪਣੇ ਮੈਂ ਸਮਝਦਾ ਵੀ ਸਹੀ ਮਹੀਨਿਆਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਜਿਹੜੀ ਬਾਹਰਲੇ ਢੰਗ ਦੇ ਨਾਲ ਤੇ ਨਹੀਂ ਘੱਟੋ ਘੱਟ ਮੁੜ ਕੇ ਇੱਥੇ ਆ ਕੇ ਆਪਣੇ ਢੰਗ ਨਾਲ ਜਿਉਂਦੇ ਕਰ ਸਕਣਗੇ। ਸੋ ਬਹੁਤ ਸਾਰੇ ਲੋਕ ਇੱਕ ਹਫ਼ਤੇ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਟੂਡੈਂਟ ਵੀ ਆਉਣ ਵਾਲੇ ਨੇ, ਫਲਾਈਟਾਂ ਹੁਣ ਚੱਲ ਪੈਣੀਆਂ ਨੇ, ਉਹਨਾਂ ਤੋਂ ਬਾਅਦ ਜਿਹੜੇ ਬਾਹਰ ਇੱਧਰੋਂ ਉੱਧਰ ਗਏ ਨੇ NRI ਤਾਂ ਇੱਧਰੋਂ ਜਾਈ ਜਾਂਦੇ ਨੇ, ਉੱਧਰੋਂ ਜਿਹੜੇ ਲੋਕ ਇੱਧਰਲੇ ਲੋਕਾਂ ਦੇ ਨਾਲ ਸੰਬੰਧਿਤ ਲੋਕ ਇੰਡੀਅਨ ਗਏ ਨੇ ਕੋਈ ਵਿਆਹ ਸ਼ਾਦੀ 'ਤੇ ਕੋਈ ਹੋਰ ਕਿਸੇ ਢੰਗ ਦੇ ਨਾਲ ਮਿਲਣ ਗਏ ਟੂਰਿਸਟ ਦੇ ਤੌਰ 'ਤੇ, ਉਹਨਾਂ ਨੇ ਵੀ ਵਾਪਸ ਆਉਣਾ, ਅਮੈਰੀਕਾ ਦੇ ਵਿੱਚ ਵੀ ਨੇ, ਕੈਨੇਡਾ ਦੇ ਵਿੱਚ ਵੀ ਨੇ, ਇੰਗਲੈਂਡ ਵਿੱਚ ਵੀ ਨੇ, ਹੋਰ ਮੁਲਕਾਂ ਵਿੱਚ ਵੀ ਨੇ, ਉਹਨਾਂ ਲਈ ਵੀ ਸਿਹਤ ਸਹੂਲਤਾਂ ਜਿਹੜੀਆਂ ਸ਼ਾਇਦ ਉਹ ਉੱਥੇ ਮਾਣ ਰਹੇ ਹੋਣਗੇ ਕੁਛ ਸਮੇਂ ਦੇ ਵਿੱਚ, ਉਹਨਾਂ ਨੂੰ ਇੱਥੇ ਅਸੀਂ ਕਿਹੜੀਆਂ ਸਿਹਤ ਸਹੂਲਤਾਂ ਦੇ ਸਕਣ ਦੇ ਯੋਗ ਹੋਵਾਂਗੇ। ਸੋ ਬਹੁਤ ਵੱਡੀ ਚੈਲੇਂਜਿੰਗ ਜੋਬ ਹੈ ਪੰਜਾਬ ਸਰਕਾਰ ਦੇ ਅੱਗੇ, ਜਿਹੜੀ ਕਿ ਆਰਥਿਕ ਤੌਰ 'ਤੇ ਆਪਣੇ ਆਪ ਨੂੰ ਬਹੁਤ ਕਮਜ਼ੋਰ ਸਮਝਦੀ ਆ, ਉਸ ਨੂੰ ਕੁਝ ਨਾ ਕੁਝ ਇਹੋ ਜਿਹੇ ਕਦਮ ਚੁੱਕਣੇ ਪੈਣਗੇ ਜਿਹੋ ਜਿਹੇ ਕਦਮ ਅਸਲ ਵਿੱਚ ਸਹੀ ਮਹੀਨੇ ਵਿੱਚ ਕੈਨੇਡਾ ਦੀ, ਅਮੈਰੀਕਾ ਦੀ ਔਰ ਇੰਗਲੈਂਡ ਦੀ ਸਰਕਾਰ ਹੈ ਉਹਦੇ ਵੱਲੋਂ ਚੁੱਕੇ ਗਏ ਨੇ। ਭਾਵੇਂ ਕਿ ਗੱਲ ਕਹਿਣ ਵਾਲੀ ਹੈ ਵੀ ਪੰਜਾਬ ਜਿਹੜਾ ਸੂਬਾ ਹੈ ਇਹ ਇੰਡੀਆ ਦੇ ਅੰਡਰ ਆਉਂਦਾ, ਇਹਨੇ ਤਾਂ ਉਹੀ ਕੰਮ ਕਰਨੇ ਨੇ ਜੋ ਭਾਰਤ ਸਰਕਾਰ ਚਾਹੇਗੀ, ਕਿਉਂਕਿ ਸੰਘੀ ਪ੍ਰਣਾਲੀ ਸਾਡੇ ਕੋਲ ਹੈ ਪਰ ਸਾਡੇ ਕੋਲ ਉਨੇ ਅਧਿਕਾਰ ਨਹੀਂ ਹੈ, ਪਰ ਤਦ ਵੀ ਕੁਝ ਇਹੋ ਜਿਹੇ ਯਤਨ ਕਰਨ ਦੀ ਲੋੜ ਆ। ਸ਼ਾਇਦ ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਠੇਕੇ ਖੋਲਣ ਦੀ ਗੱਲ ਕੀਤੀ ਹੈ ਵੀ ਸਾਡੀ ਆਰਥਿਕਤਾ ਉਹਦੇ ਉੱਤੇ ਟਿੱਕੀ ਹੋਈ ਹੈ, ਪੂਰੀ ਇੰਡੀਆ ਦੇ ਵਿੱਚ ਹੋ ਗਿਆ, ਪਹਿਲਾਂ ਕੈਪਟਨ ਸਾਹਿਬ ਨੇ ਸਭ ਤੋਂ ਵੱਧ ਕਿਹਾ ਸੀ ਤੇ ਮੁੜ ਕੇ ਹੁਣ ਪੂਰੇ ਇੰਡੀਆ ਦੇ ਵਿੱਚ ਹੀ ਖੋਲ ਦਿੱਤੇ ਗਏ, ਲਾਈਨਾਂ ਲੱਗ ਗਈਆਂ, ਮੇਲਾ ਲੱਗ ਗਿਆ, ਜਾਂ ਕੁਛ ਹੈਗਾ ਸਾਨੂੰ ਦ੍ਰਿਸ਼ ਪੰਜਾਬ 'ਚ ਦੇਖਣ ਨੂੰ ਨਹੀਂ ਮਿਲੇ, ਹਾਂਜੀ, ਲੇਕਿਨ ਬਾਕੀ ਜਗ੍ਹਾ 'ਤੇ ਤੁਸੀਂ ਦੇਖੋਗੇ ਲਾਈਨਾਂ ਲੱਗ ਗਈਆਂ, 70% ਰੇਟ ਉਹਨਾਂ ਨੇ ਵਧਾਤਾ ਦਿੱਲੀ ਵਾਲਿਆਂ ਨੇ, ਬਿਲਕੁਲ ਦਿੱਲੀ ਵਾਲਿਆਂ ਨੇ, ਪਰ ਇਹ ਸਾਰੇ ਹਾਲਾਤ ਦਾ ਸਾਹਮਣਾ ਜਿਸ ਵੇਲੇ ਲੋਕਾਂ ਨੇ ਕੀਤਾ ਤੇ ਸੁਪਰੀਮ ਕੋਰਟ ਨੂੰ ਇਹਦੇ ਮਾਮਲੇ ਤੇ ਦਖਲ ਦੇਣਾ ਪਿਆ, ਦਖਲ ਦੇਣਾ ਪਿਆ, ਉਸ ਵੱਲੋਂ ਐਡਵਾਈਜ਼ਰੀ ਜਾਰੀ ਹੋਈ ਤੇ 22 ਘਰਾਂ ਦੇ ਵਿੱਚ ਜਾ ਕੇ ਤੁਸੀਂ ਇਹਦੀ ਡਿਲੀਵਰੀ ਬਾਕੀ ਚੀਜ਼ਾਂ ਵਾਂਗ ਦਿਓ, ਇਹ ਨਹੀਂ ਕਿ ਲੋਕ ਆਉਣ ਲਾਈਨਾਂ ਵਿੱਚ ਖੜਨ, ਕੋਈ ਪੇਟੀ ਚੁੱਕੀ ਤੁਰਿਆ ਫਿਰੇ, ਇੱਕ ਕੋਈ ਬੋਤਲ ਚੁੱਕੀ ਤੁਰਿਆ ਫਿਰੇ, ਔਰ ਅੱਧਾ ਅੱਧਾ ਕਿਲੋ ਕਿਲੋਮੀਟਰ ਦੀਆਂ ਲਾਈਨਾਂ ਜਿਹੜੀਆਂ ਉਹ ਲੱਗਦੀਆਂ ਫਿਰ। ਸੋ ਇਹ ਸਾਰੇ ਮਾਮਲੇ ਜਿਹੜੇ ਨੇ ਇਹ ਵਿਚਾਰਨ ਯੋਗ ਨੇ। ਦੇਖੋ ਗੱਲ ਇਹ ਆ ਵੀ ਐਕਸਾਈਜ਼ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਵੱਡਾ ਹਿੱਸਾ ਜਿਹੜਾ ਹੈ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਤ ਕਰਦੀ ਆ, ਸ਼ਰਾਬ ਦੇ ਠੇਕੇਦਾਰਾਂ ਦੇ ਨਾਲ ਵੀ ਇਹਨਾਂ ਦਾ 36 ਦਾ ਅੰਕੜਾ ਬਣ ਗਿਆ, ਉਹ ਕਹਿੰਦੇ ਨੇ ਵੀ 1.5 ਮਹੀਨੇ ਜਾਂ 50 ਦਿਨ ਜਿਹੜੇ ਬੀਤ ਗਏ ਨੇ ਉਹਨਾਂ ਦੇ ਵਿਚਲਾ ਅਸੀਂ ਜਿਹੜਾ ਡਿਊਟੀ ਹੈ ਉਹ ਨਹੀਂ ਸਰਕਾਰ ਨੂੰ ਦੇਣੀ ਕਿਉਂਕਿ ਸਾਡੇ ਠੇਕੇ ਖੁੱਲ੍ਹੇ ਨਹੀਂ ਰਹੇ। ਤੋ ਇਸ ਮਾਮਲੇ 'ਤੇ ਕੱਲ੍ਹ ਕੈਬਨਿਟ ਦੇ ਵਿੱਚ
ਬਕਾਇਦਾ ਤੌਰ ਤੇ ਚਰਚਾ ਹੋਈ ਸੀ, ਦੋ ਮੰਤਰੀ ਵੀ ਆਪਸ ਵਿੱਚ ਖਹਿਬੜ ਪਏ, ਪਰ ਕੱਲ੍ਹ ਦੇ ਵਿੱਚ ਇਹ ਫੈਸਲਾ ਨਹੀਂ ਹੋ ਸਕਿਆ। ਅੱਜ ਕੈਬਨਿਟ ਦੇ ਵਿੱਚ ਫੈਸਲਾ ਹੋਏਗਾ ਕਿ ਇਸ ਮਾਮਲੇ ਤੇ ਬਸਰਾ ਜੀ ਕਿੱਦਾਂ ਕੀਤਾ ਜਾਵੇ, ਕਿਉਂਕਿ ਹਜੇ ਵੀ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਆ ਹਜੇ ਠੇਕੇ ਨਹੀਂ ਖੁੱਲੇ, ਜਿੰਨੇ ਕਾਲੇ ਸੀ ਕੈਪਟਨ ਸਾਹਿਬ ਖੋਲਣ ਨੂੰ ਕੰਮ ਵਿੱਚੇ ਰੁਕਿਆ ਪਿਆ ਸੀ, ਉਹਨੂੰ ਨੁਕਸਾਨ ਜਿਹੜਾ ਆ ਫੇਰ ਮਾਲੀਏ ਦਾ ਹੋ ਰਿਹਾ। ਤੇ ਜਿੱਥੇ ਸੁਪਰੀਮ ਕੋਰਟ ਨੇ ਐਡਵਾਈਸ ਕੀਤਾ ਕਿ ਜਿਹੜੀ ਆ ਡਿਲੀਵਰੀ ਨੂੰ ਯਕੀਨੀ ਬਣਾਇਆ ਜਾਵੇ, ਉੱਥੇ ਹੀ ਹੁਣ ਉਹਨੇ ਇੱਕ ਟਵੀਟ ਕੀਤਾ ਆ ਭਰਤ ਭੂਸ਼ਣ ਆਸ਼ੂ ਜੋ ਕਿ ਮੰਤਰੀ ਨੇ ਪੰਜਾਬ ਸਰਕਾਰ ਦੇ, ਉਹਨਾਂ ਦੀ ਪਤਨੀ ਨੇ ਟਵੀਟ ਕੀਤਾ ਆ ਤੇ ਇਹ ਕਿਹਾ ਆ ਕਿ ਪੰਜਾਬ ਗਵਰਨਮੈਂਟ ਨੂੰ ਕਿ ਬਈ ਜਿਹੜੀ ਹੋਮ ਡਿਲੀਵਰੀ ਆ ਉਹ ਸ਼ਰਾਬ ਦੀ ਨਾ ਕੀਤੀ ਜਾਵੇ, ਇਹ ਗਲਤ ਜਿਹੜੀ ਆ ਪ੍ਰਚਲਨ ਜਿਹੜਾ ਆ ਉਹ ਸ਼ੁਰੂ ਹੋ ਜਾਏਗਾ। ਦੇਖੋ ਇਸ ਮਾਮਲੇ ਤੇ ਤਾਂ ਮੈਂ ਕੱਲ ਇੱਕ ਖਬਰ ਪੜ੍ਹ ਰਿਹਾ ਸੀ ਜਿਸ ਵੇਲੇ ਆ ਸ਼ਰਾਬ ਦੇ ਠੇਕਿਆਂ ਦੀ ਗੱਲ ਤੁਰੀ ਹੈ ਔਰ ਹੋਮ ਡਿਲੀਵਰੀ ਦੀ ਗੱਲ ਤਾਂ ਚਲੋ ਬਾਅਦ ਵਿੱਚ ਆਈ, ਸ਼ਰਾਬ ਸ਼ਰੇਆਮ ਮਿਲਣੀ ਸ਼ੁਰੂ ਹੋ ਗਈ ਪੰਜਾਬ ਤੋਂ ਬਾਹਰਲੇ ਕੁਝ ਸੂਬਿਆਂ ਦੇ ਉੱਤੇ ਤੇ ਕੁਝ ਥਾਵਾਂ ਦੇ ਉੱਤੇ ਲੇਡੀਜ਼ ਨੇ ਬਕਾਇਦਾ ਤੌਰ ਤੇ ਮੁਜ਼ਾਹਰੇ ਕੀਤੇ, ਡੈਮੋਸਟ੍ਰੇਸ਼ਨ ਕੀਤੀ ਕਿ ਇਹ ਠੇਕੇ ਭਾਈ ਤੁਸੀਂ ਕਿਉਂ ਖੋਲਣ ਲੱਗੇ ਹੋ, ਅਸੀਂ ਤਾਂ 40-45 ਦਿਨ ਬੜੀ ਮੌਜ ਦੇ ਗੁਜ਼ਾਰੇ ਨੇ, ਸਾਡੇ ਆਦਮੀਆਂ ਨੇ ਸ਼ਰਾਬਾਂ ਨਹੀਂ ਪੀਤੀਆਂ ਘਰ ਦੇ ਵਿੱਚ, ਥੋੜੀ ਜਿਹੀ ਇੰਨੀ ਕੁ ਲਹਿਰ ਵਹਿਰ ਤਾਂ ਹੋ ਗਈ ਸੀ ਵੀ ਰੋਟੀ ਪਾਣੀ ਤੇ ਜਿਹੜੇ ਪੈਸੇ ਸ਼ਰਾਬ ਤੇ ਲੱਗਣੇ ਉਹ ਅਨਾਜ ਆ ਜਾਂਦਾ ਸੀ ਤੇ ਹੁਣ ਜੇ ਮੁੜ ਕੇ ਫੇਰ ਉਹੀ ਸਥਿਤੀ ਹੋ ਜਾਣੀ। ਦੇਖੋ ਸਾਡਾ ਸਮਾਜ ਜਿਹੜਾ ਹੈ ਇਸ ਦੇ ਵਿੱਚ ਕੁਝ ਇੱਕ ਲੋਕ ਬੁਰੀ ਤਰ੍ਹਾਂ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਨੇ, ਉਹ ਮਾਨਸਿਕ ਤੌਰ ਤੇ ਬਿਮਾਰੀ ਜਿਹੜੀ ਹੈ ਉਹਨਾਂ ਨੂੰ ਨਸ਼ਿਆਂ ਵੱਲ ਖਿੱਚਦੀ ਤੁਰੀ ਲੈ ਜਾ ਰਹੀ ਹੈ। ਇੱਕ ਪਾਸੇ ਤੁਸੀਂ ਦੇਖੋ ਚਿੱਟੇ ਵਾਲੀ ਬਿਮਾਰੀ ਹੈ, ਦੂਜੇ ਪਾਸੇ ਸ਼ਰਾਬ ਹੈ, ਤੀਜੇ ਪਾਸੇ ਅਫੀਮ ਹੈ, ਡੋਡੇ ਨੇ, ਪਤਾ ਨਹੀਂ ਹੋਰ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ, ਇਹ ਸਮਾਜਿਕ ਕੋਹੜ ਦਾ ਹੀ ਨਤੀਜਾ ਨੇ। ਬਿਲਕੁਲ ਸਹੀ ਗੱਲ, ਇਸ ਮਾਮਲੇ ਤੇ ਲੇਡੀਜ਼ ਨੇ ਜੇ ਅੱਗੇ ਆ ਕੇ ਕੋਈ ਗੱਲ ਕੀਤੀ ਹੈ ਤੇ ਮੈਂ ਸਮਝਦਾ ਚੰਗੀ ਗੱਲ ਹੈ, ਸੁਪਰੀਮ ਕੋਰਟ ਨੂੰ ਵੀ ਇਸ ਮਾਮਲੇ ਦੇ ਉੱਤੇ ਧਿਆਨ ਜ਼ਰੂਰ ਦੇਣਾ ਚਾਹੀਦਾ। ਐਡਵਾਈਜ਼ਰੀ ਤਾਂ ਜ਼ਰੂਰ ਜਾਰੀ ਕੀਤੀ ਹੈ, ਐਡਵਾਈਜ਼ਰੀ ਕੀਤੀ ਹੈ, ਹੁਕਮ ਨਹੀਂ ਕੀਤਾ, ਇਹ ਵੀ ਚੰਗੀ ਗੱਲ। ਹੁਣ ਜਿਹੜੇ ਸ਼ਰਾਬੀ ਨੇ ਉਹ ਤਾਂ ਬੜੀ ਟੌਰ ਦੇ ਨਾਲ ਪਲਾਈ ਸਾਹਿਬ ਕਹਿੰਦੇ ਨੇ ਕਿ ਬਈ ਜਿਹੜੀ ਦੇਸ਼ ਦੀ ਆਰਥਿਕਤਾ ਆ ਉਹ ਸਾਡੇ ਤੇ ਡਿਪੈਂਡ ਆ, ਅਸੀਂ ਦੇਸ਼ ਚਲਾ ਰਹੇ ਹਾਂ, ਬੇਸ਼ੱਕ ਸਾਡਾ ਪ੍ਰਧਾਨ ਮੰਤਰੀ ਨਹੀਂ ਪੀਂਦਾ ਲੇਕਿਨ ਦੇਸ਼ ਅਸੀਂ ਚਲਾ ਰਹੇ, ਸਾਡੇ ਪੈਸਿਆਂ ਨਾਲ ਦੇਸ਼ ਚੱਲਦਾ, ਬੜੀ ਟੌਰ ਦੇ ਨਾਲ ਕਹਿੰਦੇ। ਟਵੀਟ ਦੂਜੇ ਟ੍ਰੋਲ ਜਿਹੜੇ ਨੇ ਉਹ ਬਣ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੇ ਚੁਟਕਲੇ ਜਿਹੜੇ ਨੇ ਉਹ ਆ ਰਹੇ ਨੇ, ਬਹੁਤ ਜਿਹੜਾ ਆ ਮਜ਼ਾਕ ਆ ਇਸ ਚੀਜ਼ ਦਾ ਉਹ ਉਡਾਇਆ ਜਾ ਰਿਹਾ ਆ ਜੀ। ਅਗਰ ਅੱਗੇ ਚੱਲਦੇ ਹਾਂ ਜੀ ਕਿ ਜਿਹੜੇ ਮਜ਼ਦੂਰ ਬੜਾ ਵੱਡਾ ਇਸ਼ੂ ਪੂਰੇ ਇੰਡੀਆ ਦੇ ਵਿੱਚ ਬਣਿਆ ਹੋਇਆ, ਪਹਿਲੇ ਨੰਬਰ 'ਤੇ ਤਾਂ ਅਗਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਵਿੱਚ ਮਜ਼ਦੂਰ ਜਾਨਵਰ ਕਿਹਾ ਜਾ ਰਿਹਾ ਆ ਕਿ ਬਈ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਭਾਵੇਂ ਝੋਨੇ ਦੀ ਲਵਾਈ ਹੋਵੇ ਭਾਵੇਂ ਫੈਕਟਰੀਆਂ ਦਾ ਕੰਮ ਹੋਵੇ ਉਹ ਪ੍ਰਭਾਵਿਤ ਹੋਵੇਗਾ, ਲੇਕਿਨ ਇੱਕ ਹੋਰ ਇਸ਼ੂ ਬਹੁਤ ਵੱਡਾ ਜਿਹੜਾ ਆ ਚੱਲ ਰਿਹਾ ਆ ਕਿ ਹੁਣੇ ਅੱਜ ਸਵੇਰੇ ਖਬਰ ਆਈ ਕਿ ਬਿਹਾਰ ਦੇ ਵਿੱਚ ਜਿਹੜੇ ਮਜ਼ਦੂਰ, ਬਿਹਾਰ ਦੇ ਵਿੱਚ ਬਹੁਤ ਘੱਟ ਜਿਹੜੇ ਕੋਰੋਨਾ ਦੇ ਪੇਸ਼ੈਂਟ ਨੇ, ਲੇਕਿਨ 19 ਪੇਸ਼ੈਂਟ ਇੱਕ ਦਿਨ ਵਿੱਚ ਉੱਥੇ ਨਿਕਲੇ ਨੇ ਜਿਹੜੇ ਮਜ਼ਦੂਰ ਬਾਕੀ ਸਟੇਟਾਂ ਤੋਂ ਉੱਥੇ ਬਿਹਾਰ ਵਿੱਚ ਪਹੁੰਚੇ ਸੀ। ਇੱਕ ਇਹ ਨਹੀਂ ਲੱਗਦਾ ਕਿ ਇਹ ਕੈਰੀਅਰ ਦਾ ਕੰਮ ਹੋ ਰਿਹਾ ਨੇ, ਅਗਰ ਟ੍ਰੇਨ ਦੇ ਵਿੱਚ ਇੱਕ ਮਜ਼ਦੂਰ ਪੋਜ਼ਿਟਿਵ ਹੋਏਗਾ ਕਿੰਨੇ ਬੰਦਿਆਂ ਨੂੰ ਹੋਰ ਕਰੇਗਾ, ਜਾਂ ਜਿਹੜੇ ਤੁਰ ਕੇ ਵੀ ਇਕੱਠੇ ਟੋਲੀਆਂ ਬਣਾ ਕੇ ਜਾਂਦੇ ਨੇ ਜਿੱਥੇ ਉਹ ਪਹੁੰਚਦੇ ਨੇ ਕਿ ਕੈਰੀਅਰ ਨਹੀਂ ਹੋ ਗਿਆ ਉਹ ਕਿ ਵੀ ਉੱਥੇ ਜਾ ਕੇ ਉਹ ਸਪਰੈਡ ਕਰ ਸਕਦੇ ਇਸ ਚੀਜ਼ ਨੂੰ। ਦੇਖੋ ਬਸਰਾ ਜੀ ਇੱਕ ਅਜੀਬ ਕਿਸਮ ਦਾ ਹਫੜਾ ਦਫੜੀ ਵਾਲਾ ਪ੍ਰੋਗਰਾਮ ਜਿਹੜਾ ਹੈ ਨਾ ਸਭ ਨੇ ਸਾਡੇ ਆ ਰਿਹਾ, ਬਿਲਕੁਲ ਹਫੜਾ ਦਫੜੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ। ਜੇ ਪਹਿਲਾਂ 5 ਦਿਨ ਲੋਕਡਾਊਨ ਕਰਨ ਤੋਂ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸਾਡੀ ਜਿਹੜੀ ਹਕੂਮਤ ਹੈ ਉਹ ਇਹ ਤੈਅ ਕਰ ਲੈਂਦੀ ਵੀ 5 ਦਿਨਾਂ ਦੇ ਵਿੱਚ ਭਾਈ ਜਿਹਨੇ ਆਪਣੇ ਆਪਣੇ ਥਾਵਾਂ 'ਤੇ ਜਾਣਾ, ਜਿਹਨੂੰ ਜ਼ਿਆਦਾ ਤਰੇਵਾਂ ਲੱਗਾ ਆਪਣੇ ਥਾਂ ਚੱਲ ਜਾਓ, ਅਸੀਂ ਲੋਕਡਾਊਨ ਕਰਨਾ, ਅਤੇ ਇਹ ਸਪੈਸ਼ਲ ਗੱਡੀਆਂ ਜਿਹੜੀਆਂ ਨੇ ਉੱਥੇ ਲਈ ਲਾ ਦਿੱਤੀਆਂ ਜਾਂਦੀਆਂ, ਆਵਾਜਾਈ ਦਾ ਪ੍ਰਬੰਧ ਕਰ ਦਿੱਤਾ ਜਾਂਦਾ, ਹੋਰ ਢੰਗ ਤਰੀਕੇ ਵਰਤ ਲਏ ਜਾਂਦੇ, ਅਤੇ ਆਹ ਜਿਹੜਾ ਹਜ਼ੂਰ ਸਾਹਿਬ ਵਾਲੇ ਵੀ ਇੱਥੇ ਆਏ ਨੇ ਟਾਈਮ ਸਿਰ ਆ ਜਾਣੇ ਸੀ, ਇੱਥੋਂ ਬਿਹਾਰ ਨੂੰ ਜਾਂ ਯੂਪੀ ਨੂੰ ਦਿੱਲੀ ਦੇ ਵਿੱਚੋਂ ਜਿਹੜੇ ਲੋਕ ਆਪਣੇ ਆਪਣੇ ਸੂਬਿਆਂ ਨੂੰ ਜਾ ਰਹੇ ਨੇ ਇਸ ਆਫਤ ਦੇ ਮੌਕੇ 'ਤੇ, ਉਹ ਵੀ ਉਹਨਾਂ ਵਿੱਚੋਂ ਜਿਹੜੇ ਬਹੁਤ ਕਾਲੇ ਸੀ ਉਹਨਾਂ ਨੇ ਵੀ ਤੁਰ ਜਾਣਾ ਸੀ, ਅਤੇ ਇਸ ਕਿਸਮ ਦਾ ਮਾਹੌਲ ਸਾਨੂੰ ਦੇਖਣ ਨੂੰ ਨਹੀਂ ਸੀ ਮਿਲਣਾ। ਅੱਜ ਸਥਿਤੀ ਇਹ ਬਣ ਗਈ, ਹਰ ਰੋਜ਼ ਕੋਈ ਨਾ ਕੋਈ ਅਫਵਾਹਾਂ ਫੈਲਦੀਆਂ ਨੇ, ਦਿੱਲੀ ਤੋਂ ਇੱਕ ਕਾਫਲਾ ਤੁਰ ਪਿਆ, ਉਹ ਬਿਹਾਰ ਵੱਲ ਨੂੰ ਯੂਪੀ ਵੱਲ ਨੂੰ ਤੁਰ ਪਿਆ। ਆਹ ਦੇਖੋ ਹੁਣ ਕੱਲ੍ਹ ਇੱਕ ਟ੍ਰੈਜਡੀ ਵੱਡੀ ਵਾਪਰੀ ਹੈ, 15-14 ਮਜ਼ਦੂਰ ਜਿਹੜੇ ਨੇ ਰੇਲ ਗੱਡੀ ਦੇ ਥੱਲੇ ਆ ਗਏ ਨੇ, ਕਿੱਡਾ ਵੱਡਾ ਕਿੱਡੀ ਵੱਡੀ ਤ੍ਰਾਸਦੀ ਹੈ ਇਹ ਪ੍ਰਵਾਸੀ ਮਜ਼ਦੂਰਾਂ ਦੀ ਕਿ ਆਪਣਾ ਘਰ ਰੋਟੀ ਦੀ ਖਾਤਰ ਛੱਡ ਕੇ ਉਹ ਰੁਜ਼ਗਾਰ ਦੀ ਖਾਤਰ ਦੂਸਰੇ ਥਾਂ 'ਤੇ ਜਾਂਦੇ ਨੇ। ਜਿੱਥੇ ਪੰਜਾਬ ਵਿੱਚ ਟ੍ਰੇਨ ਥੱਲੇ ਆਏ ਆ ਭਾਈ ਸਾਹਿਬ, ਉੱਥੇ ਰੋਟੀਆਂ ਖਿਲਰੀਆਂ ਹੋਈਆਂ ਸੀ ਨਾਲ, ਬਿਲਕੁਲ ਉਹਨਾਂ ਦੇ ਕੋਲ ਵਿਚਾਰਿਆਂ ਦੀ ਗੂੜੀ ਨੀਂਦ ਸੁੱਤੇ ਹੋਊਗੇ ਕਿ ਉਹਨਾਂ ਨੂੰ ਟ੍ਰੇਨ ਦੀ ਆਵਾਜ਼ ਨਹੀਂ ਸੁਣੀ।
बिल्कुल थकावट दे विच इवें आ भी कहिंदे भी 100-100 किलोमीटर दिन दे विच उह तुरदे सी, बच्चे भी उहनां दे नाल होणगे, इहो जिही किन्नी त्रासदी है। मैं तां मनुख दी सब तों वड्डी त्रासदी प्रवास नूं गिणदा, क्योंकि प्रवास एक इहो जिहा कारण आ भी बंदे नूं अपना घर छड्डणा पैंदा। कहिंदे तां असीं इह आ भी असीं अपनी रोटी रोजी दी खातर जांदे आ, पर मैं बहुतियां हालतां विच देखदा भई मजबूर हो के असीं अपना घर छड्डणा चाहुंदे आ। जिहड़ा सुख छज्जू दे चुवारे वह बलख ना बुखारे, इस करके प्रवासी लोग जिहड़े ने भावें हुण उन्हां नूं अपने उस पिंड उस शहर उस गली उस ग्रां दे विच जाके ना कोई रुजगार मिले ना चज दी रोटी मिले, पर वह समझदे ने कि सानूं एक सकून मिलेगा कि असीं अपनी माँ दी असीं अपनी प्यो दी गोदी दे विच जाके बैठे हाँ, उस परिवार दे विच रल के बैठे हाँ। तो ये ट्रेजडी जिहड़ी है इस वेले मनुख दे नाल वापर रही, ये अज तो नहीं बड़े लंबे समय तो बिल्कुल इसे ढंग दे नाल हो रहा। किन्नियां सभ्यतावां जिहड़ियां ने उहनां दा आपस विच रलेवां होया, किन्ने लोग इत्थों देखो कैनेडा अमेरिका नूं गए, उत्थे जाके उन्होंने अपने कारोबार तक बना लै, अपने परिवार उत्थे सद लै। हुण किसे वेले हालात इदां दे भी हो जांदे ने कि उहनां नूं मुड़ के फिर अपना मिट्टी का मोह जिहड़ा है वो पैंदा और मुड़ के फिर अपने घरां नूं आउंदे ने। जिस वेले घरां नूं आउंदे ने इत्थे प्रवासियां दे नाल प्रवासी जिहड़े NRI वीर साडे कोल आए सी उहनां दे उत्ते भी बड़े सवाल खड़े कर दित्ते भी इह पंजाब दे विच करोना लियाउण वाले लोक ने, ते उह लोक जिहड़े अपने घर दे विच आए ने मिट्टी दे मोह दे कारण ਉਹ ਕਿੰਨੇ ਨਿਰਾਸ਼ ਹੋ ਕੇ ਇੱਥੋਂ ਪਰਤ ਕੇ ਗਏ ਨੇ ਤੇ ਹੁਣ ਵੀ ਜਾ ਰਹੇ ਨੇ। ਤੇ ਬਿਲਕੁਲ ਇਸੇ ਕਿਸਮ ਦੀ ਗੱਲ ਜਦੋਂ ਹੁਣ ਤੁਸੀਂ ਗੱਲ ਕੀਤੀ ਆ ਭਈ ਬਿਹਾਰ ਦੇ ਵਿੱਚ ਚਲੇ ਗਏ ਤੇ ਇੱਕੋ ਦਿਨ 19 ਕੇਸ ਨਿਕਲ ਆਏ, ਉੱਥੋਂ ਦੇ ਲੋਕਾਂ ਨੇ ਵੀ ਇਹੀ ਕਹਿਣਾ ਭਈ ਭਾਈ ਇਹ ਦੇਖੋ ਉੱਥੋਂ ਕਮਾਈਆਂ ਕਰਦੇ ਇੱਥੇ ਆ ਗਏ ਨੇ ਔਰ ਸਾਡੇ ਲਈ ਇਹ ਮੌਤ ਦਾ ਮੰਜ਼ਰ ਰਹਿ ਕੇ ਆ ਗਿਆ। ਬਿਲਕੁਲ, ਤੋ ਇਹ ਆਪਣੇ ਆਪ ਦੇ ਵਿੱਚ ਬਸਰਾ ਜੀ ਬਹੁਤ ਵੱਡੀ ਤ੍ਰਾਸਦੀ ਵਾਲੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਉੱਥੋਂ ਆਉਣਾ ਪੈਂਦਾ, ਮੁੜ ਕੇ ਫਿਰ ਆਪਣੇ ਕੰਮ ਕਾਰ ਛੱਡ ਕੇ ਹੁਣ ਉੱਥੇ ਜਾਣਾ ਪਏਗਾ। ਮੈਂ ਇੱਕ ਗੱਲ ਕਰਦਾ ਭਈ ਮੰਨ ਲਓ ਭਈ ਸਰਕਾਰਾਂ ਨੇ ਉਹਨਾਂ ਦੇ ਲੇਬਰ ਦਾ ਉਹਨਾਂ ਦੀ ਰੋਟੀ ਦਾ ਕੋਈ ਪ੍ਰਬੰਧ ਕਰ ਵੀ ਦਿੱਤਾ ਹੋਵੇਗਾ, ਕਹਿੰਦੇ ਆ ਭਈ ਸੈਂਟਰ ਗੌਰਮੈਂਟ ਕਹਿੰਦੀ ਆ ਭਈ ਅਸੀਂ 3 ਮਹੀਨਿਆਂ ਦਾ ਰਾਸ਼ਨ ਜਿਹੜਾ ਹੈ ਹਰ ਮਜ਼ਦੂਰ ਜਾਂ ਹਰ ਉਸ ਵਰਗ ਦੇ ਲੋਕਾਂ ਦੇ ਕੋਲ ਲਈ ਦੇ ਦਿੱਤਾ, ਹਰ ਸੈਂਟਰ ਸਰਕਾਰ ਦੇ ਕੋਲ ਪਹੁੰਚਾ ਦਿੱਤਾ ਜਿਹੜੇ ਇਸ ਗੱਲ ਲਈ ਐਲੀਜੀਬਲ ਨੇ। ਵੈਸੇ ਤਾਂ ਦੇਖੋ ਇੱਕ ਸਰਵੇ ਕੀਤਾ ਗਿਆ ਸੀ ਵੀ 80 ਕਰੋੜ ਲੋਕ ਨੇ ਜਿਹੜੇ ਗਰੀਬੀ ਰੇਖਾ ਦੇ ਅੰਡਰ ਰਹਿ ਰਹੇ ਨੇ ਉਹਨਾਂ ਨੂੰ ਭੋਜਨ ਮੁਹੱਈਆ ਕਰਨ ਦੇ ਲਈ ਸਭ ਲਈ ਭੋਜਨ ਦਾ ਜਿਹੜਾ ਇੱਕ ਐਕਟ ਜਿਹੜਾ ਹੈ ਮਨਮੋਹਨ ਸਿੰਘ ਸਰਕਾਰ ਵੇਲੇ ਪਾਸ ਕੀਤਾ ਗਿਆ ਸੀ, ਇੰਨੇ ਲੋਕਾਂ ਨੂੰ 1 ਰੁਪਈਆ ਕਿਲੋ ਦਾਲ 1 ਰੁਪਈਆ ਚਾਵਲ 1 ਰੁਪਈਆ ਕਿਲੋ ਕਣਕ ਜਿਹੜੀ ਹੈ ਉਹ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਸੀ, ਉਹਦੇ ਤਹਿਤ ਅਨਾਜ ਵੀ ਉਹਨਾਂ ਨੂੰ ਮਿਲਦਾ ਹੋਵੇਗਾ। ਪਰ ਅਨਾਜ ਦੇਣ ਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਦੀ ਉਹਨਾਂ ਨੂੰ ਜ਼ਰੂਰਤ ਹੈ। ਕਿੱਟਾਂ ਸਰਕਾਰ ਨੇ ਭੇਜੀਆਂ ਨੇ ਲੋਕਾਂ ਕੋਲ, ਹਾਲੇ ਪਹੁੰਚੀਆਂ ਨੇ, ਵਿਚਲੀਆਂ ਸਰਕਾਰਾਂ ਕਹਿੰਦੀਆਂ ਸਾਨੂੰ ਪੂਰੀਆਂ ਨਹੀਂ ਮਿਲੀਆਂ। ਇਹ ਬਹੁਤ ਸਾਰੇ ਇਹੋ ਜਿਹੇ ਖਿਲਰਵੇਂ ਸਵਾਲ ਨੇ ਜਿਹੜੇ ਸੈਂਟਰ ਗੌਰਮੈਂਟ ਅਤੇ ਥੱਲੇ ਜਿਹੜੇ ਉਹ ਸਰਕਾਰਾਂ ਨੇ ਜਿੱਥੇ ਆਪੋਜੀਸ਼ਨ ਦੀਆਂ ਸੈਂਟਰ ਤੋਂ ਵੱਖਰੀ ਕਿਸਮ ਦੀ ਸਰਕਾਰ ਜਿਹੜੀ ਹੈ ਦੂਸਰੀ ਪਾਰਟੀਆਂ ਦੀ ਉਹਨਾਂ ਦੇ ਦਰਮਿਆਨ ਖੜਕਦੀਆਂ ਨੇ। ਇਸੇ ਕਿਸਮ ਦੀਆਂ ਗੱਲਾਂ ਇਹ ਵੀ ਖੜਕਦੀਆਂ ਨੇ ਕਿ ਕੇਂਦਰ ਦੀ ਸਰਕਾਰ ਜਿੱਥੇ ਕਾਂਗਰਸ ਦੀਆਂ ਜਾਂ ਭਾਜਪਾ ਵਿਰੋਧੀ ਸਰਕਾਰਾਂ ਨੇ ਉੱਥੇ ਲਈ ਪੂਰੇ ਢੰਗ ਦੇ ਨਾਲ ਉਹ ਸਾਰੀ ਇਮਦਾਦ ਨਹੀਂ ਦੇ ਰਹੀਆਂ ਜਿਹਨਾਂ ਦੀ ਸਾਰੇ ਬਾਕੀ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਮਿਲ ਰਹੀ ਹੈ। ਸਾਨੂੰ ਇੱਕ ਕਾਲਰ ਜੁੜੇ ਨੇ ਸਾਡੇ ਜੀ ਨਾਲ। ਜੀ ਹੈਲੋ। ਹਾਂ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਜੋਗਿੰਦਰ ਸਿੰਘ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਸ ਠੀਕ ਹੈ ਜੀ। ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚੋਂ ਜੀ, ਤੇ ਕਿੱਦਾਂ ਲੱਗਦਾ ਕਿ ਜੋ ਇਸ ਟਾਈਮ ਮਾਹੌਲ ਚੱਲ ਰਿਹਾ ਤੁਸੀਂ ਦੇਖਦੇ ਹੋ, ਤੁਸੀਂ ਅਲੱਗ ਅਲੱਗ ਪਿੰਡਾਂ ਦੇ ਵਿੱਚ ਗਏ ਹੋ, ਲੋਕਾਂ ਦਾ ਦੁੱਖ ਦਰਦ ਵੀ ਸੁਣਿਆ, ਤੇ ਤੁਹਾਡਾ ਕੀ ਕਹਿਣਾ ਹੈ ਇਸ ਸਾਰੇ ਮਾਹੌਲ ਦੇ ਉੱਤੇ? ਮੇਰਾ ਮਾਹੌਲ ਤਾਂ ਇਹ ਹੈ ਵੀ ਮੈਂ ਸਮਝਦਾ ਕਿ ਜੋ ਸਾਡੀ ਪੁਰਾਣੀ ਸੰਸਕ੍ਰਿਤੀ ਆ, ਧਾਰਮਿਕ ਸੰਸਕ੍ਰਿਤੀ, ਹਰ ਯੁੱਗ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਵਕਤਾ ਜਾਂ ਮਹਾਂਮਾਰੀ ਆਈ, ਔਰ ਉਹਨੂੰ ਉਸ ਵੇਲੇ ਦੇ ਸਮੇਂ ਦੇ ਰਾਜੇ ਨੇ ਜਾਂ ਕੁਛ ਜਿਹੜੀਆਂ ਧਾਰਮਿਕ ਕਸ਼ਤੀਆਂ ਹੈਗੀਆਂ ਉਹਨਾਂ ਨੂੰ ਅਟੈਕ ਕੀਤਾ। ਅੱਜ ਮੈਂ ਕਿਸੇ ਬੰਦੇ ਬੜੇ ਅੱਛੇ ਨੂੰ ਮਿਲਿਆ, ਹੁੰਦਾ ਸੀ ਦੋ ਸਾਲ ਮਾਰਿਆ ਪ੍ਰਭਾਤ ਦਾ ਜਿਸ ਤਰ੍ਹਾਂ ਜਸਟਿਸ ਹੈਗਾ, ਇਹ ਵੀ ਇੱਕ ਐਸੀ ਸੈਲਫ ਕੇਅਰ ਸਮਝ ਲਓ ਜਾਂ ਜਿਸ ਤਰ੍ਹਾਂ ਦੀ ਬਾਈ ਨੇਚਰ ਸਮਝ ਲਓ ਮਹਾਂਮਾਰੀ ਹੈ, ਲੇਕਿਨ ਇਸਦਾ ਇਲਾਜ ਵੀ ਹੈ। ਸਮਝਣੇ ਤੋਂ ਕੋਈ ਡਰਨ ਦੀ ਲੋੜ ਨਹੀਂ, ਜਾਂ ਇਹ ਨਹੀਂ ਵੀ ਰੁਕ ਨਹੀਂ ਸਕਦੀ ਜਾਂ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ, ਐਸੀ ਗੱਲ ਕੋਈ ਨਹੀਂ। ਜਿਹੜੇ ਬੰਦੇ ਗੁਰਬਾਣੀ ਤਾਂ ਹਰ ਬੰਦਾ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਧਰਮ ਤੇ ਜਿਹੜਾ ਵਿਸ਼ਵਾਸ ਰੱਖਦਾ, ਕਈ ਬਹੁਤ ਰੱਖਦੇ ਹਨ। ਮੈਂ ਇਹ ਸਮਝਦਾ
श्रद्धालुओं वालों इल्जाम लग रहा है कि सरकार ने उन्होंने रहन सहन के लिए प्रॉपर इंतजाम नहीं किए जी उन्होंने बहुत थान से खजल खुआरी हो रही है तो रहन सहन के अरेजमेंट खाण पीन के अरेजमेंट जेड़े आ इज्जत मान के नाल ते प्रॉपर तरीके नाल नहीं किए गए सहमत है मैं इस गल मैं ब्रिटिश समाज सेवक से मेरी कास्ट मान पोस्ट मैंने दिमाग तो युग हो गया दानी टाकू जी एस सी एम वो कहता मान सब डॉक्टर को कहता मान सब जाओगे तो इक्की दिन कोऑर्डिनेट करा असि मतलब वक्री रखा विदान मैं पिंड के सरपंच नरूर के पांच छह के बंदे जो पिंड मैं पिछले बुड़े को तुम ना जाओ इंसा के इंस्ट्रक्शन है जिन्हें देखो उन्होंने रिजल्ट पॉजिटिव या नैगेटिव प्लस माइनस नहीं होंगे उन्होंने अगर आप ना जाइए तो ऐसी कोई प्रॉब्लम आए जिस बिल्कुल जेल में फंसेंगे इस करके देखो मैं समझा मैंने उन्होंने कहते साढ़े नेतने जो हम मेरे वर्गा बंदा नेतने नहीं अस नेतने नहीं तोड़ सकते मैं जितने भी गल दसा सा मैं कहना जिस तक मेरी सवाल चलती है जब मेरी शुद्ध है उन्होंने तक मैं कहना भी मेरा नेतने बनाया मेरी बिल्कुल बिल्कुल जी चाहिए भी है जिस नाल गल है उन्होंने श्रद्धा गल है वह मैं भी माफी मांगता है गुरु सिख होने के नाते कई बार ऐसा बीमारियां होने कई ऐसी बीमारियां भयानक होंगे तो उनको जो बाहर कटने पेंदे ने बाहर कटने पेंदे कोई ऐसे शरीर के लोग कटने पेंदे है राणा गुरजीत उन्होंने बहुत सोहना एक अपना पार्ट अदा किया कपूरथला दे विच उन्होंने जिथे सरकार ते क्वेश्चन किए नाल दी नाल उदे कैप्टन साहब नाल गल करके जो उन्होंने अपनी वीडियो पाईया ने इतों तक कि उन्होंने श्रद्धालुओं नू टाइम पास करने के लिए कोलो अपने टैबलेट भी दिते आ मैं राणा गुरजीत नू एप्रिशिएट करता हूं उन्होंने सोर्स सकते हैं साधन है और वो सब कुछ कर सकते हैं मैं देखा हर जिहड़ा एमएलए लोकल विधायक होगा उसकी ड्यूटी बन गई है कि वो किस किस एक्सटेंट तक जा सकता है की प्रोवाइड कर सकता तो मैं समझा जो कोई थोड़ी बहुत एज कंपेयर टू राणा गुरजीत सिंह विधायक साहब बैठे ने इन्हों अगे आके जो श्रद्धालुओं का दुख दर्द जो दूर करके मेरी गल सुन नब्बे मेरी फिलोसफी है कि जिस कोई बंदा पिंड च भुखा ना सौवे जिन्हों मैं मेरे जो दो सज्जन है मेरी मदद करते उन्होंने मैं राशन पटाया हूँ गड्डी मेरी गई है फिर शामी पिंड देखे जिन्हें लंगर लगे ने मैं हाथ उठ के माफी मांगता सतगुरां को मैं मेरे को कुछ नहीं है लेकिन मैं कोशिश की थी कि उन्होंने कुछ ना कुछ अपना योगदान पा सकन जितों तक लोग विधायक की गल है मस्ट गो दिया एक बार जो पानी ने भाई निबल सिंह की खालसे की गल मैं मेरे कितना संस्कार तक भी इदा की गल है मैं इस तक जानू पाया हाँ जिनी एफर्ट्स इंसान हर इंसान की कोई उनको एफर्ट्स नहीं बिजनेस वगैरह कर सकता हर आदमी च फर्क है तो मैं देखो उन्होंने मशीन है भी भेजी नवी शहर की भेजी सुखरेत सराने आई एप्रीशिएट हिम इन्होंने भी करना चाहिए योगदान नहीं तो अपनी जान रिश्ते पा के दूसरे की मदद जो करनी है तो हमेशा अपने आप को प्रॉब्लम पा के दूसरे की बात होंगी ठीक है जी धन्यवाद जी मान साहब कॉल करने के लिए जी मेरी गल संगत तक पढ़ाई धन्यवाद जी।
देखो जिहड़े बंदे ने कोई चंगे काम करदे राणा गुरजीत सिंह हुणी ने ते उह चर्चा करनी जिहड़ी आ जरूर बनदी आ। उन्होंने हुण श्रद्धालुआं दी टैबलेट तक वी जिहड़े आ ने उह दित्ते ने कि वी जे उन्हां नूं उत्थे दिल नहीं लगदा तां उन्नी देर अपणे उह कहिंदे वीडियो कॉल मैनूं रोज़ करो तुसीं इहदे तों जे तुहानूं कोई इशू आ तां ना मैं नहीं आ सकदा ते लेकिन वीडियो कॉल जरूर। अच्छा गल चलदी पई सी मजदूरां दी उत्थे पलाई साहब इह आ कि एक बड़ा वड्डा इशू यह उठ रहा है कि जिन्हें उद्योगपति ने उन्होंने कैप्टन साहब न चिट्ठिया लिखिया कि भाई जो मजदूर है जो वापस चले गए कि जिन्हें मंत्री सी संतरी सी जां होर जो भी आ जाके झंडिया दे के गड्डिया तोड़ रहे ने कहते कि जे मजदूर ही चले गए तो असी काम किदा चलावांगे इंडस्ट्री जी फेल हो जाएगी पहला नंबर। फिर उस तो बाद उन्होंने अपील तौर 35% मजदूर ने कहते हैं कि जी अपने रजिस्ट्रेशन कैंसल करा दी है जेडे हुण जाने से होर चलो यह भी एक चंगा कदम हो गया। दूजा कि जेडे साडे लोकल मजदूर ने आप कह लें पंजाबी मजदूर कह रहे हैं कि वह एक काम करने के लिए कैपेबल नहीं है कि आपको उन्होंने उत्ते निर्भर होना पै रहा है। जवाब मैं लूंगा थोड़ा इस तो बाद सानू पहला कॉलर जुड़ गए ने। हैलो सत्या जी प्रमोद कौशल बेनती कर रहे हैं जी। हाँ जी हाँ जी सत्या जी हाँ जी प्रमोद जी हाँ जी बड़ी गंभीरता जाहिर हो रही थी भी जिथे केंद्र सरकार दियां आपणियां यानी कहिंदे आ भी भाजपा दे जिथे सूबे नहीं हैगे उथे वितकरा कीता जा रहा आ ते राशन दी वंड नूं लैके भी बड़ी गंभीरता जाहिर कर रहे सीगे इंप्लाई साहब। पर सवाल यह उठदा आ भी आ समां जिहड़ा आ काफी इस गल बहस छिड़ियो सी कि पंजाब सिर्फ एक फीसदी जिहड़ा राशन वंडिया गया जे वो एक फीसदी की जगह नंबर वड्डा हुंदा तां शायद पलायन मजदूरां दा एडे वड्डे लैवल दे उत्ते ना हुंदा। नंबर दो दे उत्ते जिहड़ी जिहड़ी कोरोना दे नाल संबंधित गल्लां जिहड़ियां चल रही है इहदे विच हजे यह भी कहा जा रहा भी असी सारे क्लियर ही नहीं हो पा रहे। अज भी एक नवी एडवाइजरी जारी हुई है अपडेट जरूर मैं करना चाहूंगा भी सरकार ने हुण करता है भी जिहड़े हल्के लक्षणां वाले मरीज है ना जी जिथे एक पासे नंबर वाधा पिया दूजे पासे रूल्स एंड रेगुलेशन है या जिहड़े गाइडलाइन है वो चेंज हो रही है मीन इहनू लैके भी हजे ना जिहड़े लोकां दी जिहड़ी समझ जिहड़ी आ समझ नहीं पा रहे लोग भी असी करना की अभी 14 दिन क्वारंटीन होना असी 7 दिन आइसोलेशन च जाना की करना की नहीं करना नित नवी एडवाइजरी जी आ रही है। बिल्कुल जी हाँ जी हाँ धन्यवाद जी कॉल कर ली जी। असल गल बड़ी अच्छी चल रही थी और इस मसले के उत्ते जिहड़ियां प्रेस न्यूज आ रही ने असी ओदे मुताबक ही सारी गल जिहड़ी आ अगे लिया रहे हैं। असल में प्रवासी मजदूर जिहड़े पंजाब विचों हुण जा रहे ने उन्हां विचों 35% ने कहता भी हुण असी नहीं जावांगे मेरी समझ में यह आ भी बहुत सारे इहोजे होर लोग भी होणगे जिहड़े नहीं जाना चाहणगे जे मुड़ के फिर इत्थे कारोबार खुल जाण। पर दूसरी गल जिहड़ी पंजाबी कौम दे विच काम करन दी प्रवृत्ति खास तौर पर नौजवानों दे विच कट चुकी आ वो अपने आप दे विच बड़े वड्डे सवाल खड़े करदी आ। एक गल जी कह हुंदी आ भई सरकारां जदों अपना राज पक्का करना चाहुंदियां ने उह कुझ इक लोकां नूं किसे नूं नीले कार्ड दा किसे नूं पीले कार्ड दा किसे नूं होर सहूलतां दे के मैं समझदा भई कम करन तों इक ढंग दे नाल रोकण दा यतन कर दिंदियां ने जे उहनां दा कम सड़दा ते उह कहिंदे ने भई खा पी के माड़ा मोटा कम करी जाओ बस ठीक ठाक आ। साडे नौजवानां ने की शुरू कर लिया भई बारहवीं पास कर लो तो आइलट्स कर लो तो बाहर नूं तुर जाओ इत्थे काम करन दी लोड़ नहीं। पर हुण स्थिति कुछ इस ढंग की बनती जाती है भी साडे कारोबार बिल्कुल फेल हो जाएंगे साडा खेती का ढांचा बिल्कुल खत्म हो जाएगा जे पंजाब दे विच रहण वाले पंजाबी नौजवान अपने हत्थी काम करन दी गल जिहड़ी है वह सही ढंग दे नाल नहीं करनगे। देखो गल ये आ भी बाहर जाके भी हर उस बंदे नूं जिहड़ा इत्थों जांदा चाहे वह स्टूडेंट जांदा चाहे किसी वर्क परमिट ते जांदा हत्थी काम करना पैंदा
ਇਹ ਗੱਲ ਕਹੀ ਜਾਂਦੀ ਹੈ ਬੜੇ ਚੰਗੇ ਢੰਗ ਦੇ ਨਾਲ ਵੀ ਇਹ ਤੋਂ ਡਾਕਟਰ ਬਣ ਕੇ ਵੀ ਇੰਜੀਨੀਅਰ ਬਣ ਕੇ ਵੀ ਉੱਥੇ ਜਾ ਕੇ ਟੈਕਸੀਆਂ ਚਲਾਉਂਦੇ ਨੇ, ਟਰੱਕ ਚਲਾਉਣ ਲੱਗ ਪੈਂਦੇ ਨੇ, ਲੇਬਰ ਕਰਦੇ ਨੇ, ਬਾਥਰੂਮਾਂ ਵਿੱਚ ਕੰਮ ਕਰਦੇ ਨੇ ਕਿਉਂਕਿ ਡਾਲਰ ਉਹਨਾਂ ਨੂੰ ਮਿਲਦੇ ਨੇ, ਪਰ ਇੱਥੇ ਰਹਿ ਕੇ ਉਹ ਇਸ ਕਿਸਮ ਦੇ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ, ਹੋਰ ਕੰਮਾਂ ਵੱਲ ਜਾ ਕੇ ਸਿਰਫ ਇੱਕੋ ਗੱਲ ਕਰਦੇ ਨੇ ਵੀ ਬਾਹਰ ਨੂੰ ਤੁਰ ਜਾਓ ਕਿਸੇ ਵੀ ਢੰਗ ਨਾਲ। ਪਰ ਹੁਣ ਸਮਾਂ ਬਦਲ ਰਿਹਾ, ਸਮੇਂ ਦੇ ਅਨੁਸਾਰ ਨੌਜਵਾਨਾਂ ਨੂੰ ਵੀ ਇੱਥੋਂ ਦੇ ਇਹਨੂੰ ਬਦਲਣਾ ਚਾਹੀਦਾ ਕੰਮ ਕਰਨ ਲਈ। ਦੇਖੋ ਮੈਂ ਇੱਕ ਗੱਲ ਕਹਿੰਦਾ ਵੀ ਜੇ ਨੌਜਵਾਨਾਂ ਨੂੰ ਸਹੀ ਢੰਗ ਦੀ ਤਕਨੀਕੀ ਸਿੱਖਿਆ ਦੇ ਦਿੱਤੀ ਜਾਵੇ, ਉਹਨਾਂ ਨੂੰ ਪਲੰਬਰ ਦੀ, ਇਲੈਕਟ੍ਰੀਸ਼ੀਅਨ ਦੀ, ਹੋਰ ਹੱਥੀ ਕਿੱਤਾ ਕਰਨ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਦੇ ਤਹਿਤ ਟ੍ਰੇਨਿੰਗ ਦੇ ਕੇ ਕੰਮਾਂ ਕਾਰਾਂ ਦੇ ਵਿੱਚ ਲਾ ਦਿੱਤਾ ਜਾਵੇ, ਤੇ ਇੱਥੇ ਵੀ ਸਰਵਿਸ ਸੈਕਟਰ ਦੇ ਵਿੱਚ ਕਮਾਈ ਦੇ ਬਹੁਤ ਵੱਡੇ ਵਸੀਲੇ ਨੇ, ਤੇ ਜੇ ਇਹਨਾਂ ਵਸੀਲਿਆਂ ਨੂੰ ਸਹੀ ਢੰਗ ਦੇ ਨਾਲ ਅਸੀਂ ਵਰਤੋਂ ਕਰਨ ਲੱਗ ਪਵਾਂਗੇ ਤੇ ਪੰਜਾਬ ਦੇ ਵਿੱਚ ਜਿਹੜੀ ਲੇਬਰ ਦੀ ਪ੍ਰੋਬਲਮ ਹੈ ਉਹ ਹੱਲ ਹੋ ਜਾਏਗੀ। ਪਰ ਇਸ ਗੱਲ ਲਈ ਸਾਨੂੰ ਆਪਣਾ ਮਾਇੰਡ ਜਿਹੜਾ ਹੈ ਬਦਲਣਾ ਪਏਗਾ। ਦੇਖੋ ਸਾਡੇ ਕੋਲ ਸਮੇਂ ਸਮੇਂ ਤੇ ਕਿੰਨੇ ਕਾਲਜ ਬੜੇ ਬੜੇ ਖੁੱਲ੍ਹੇ, ਇੰਜੀਨੀਅਰਿੰਗ ਕਾਲਜ ਖੁੱਲ੍ਹ ਗਏ, ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਪਰ ਸਾਰੀਆਂ ਹੌਲੀ ਹੌਲੀ ਕਰਕੇ ਜਾਂ ਤਾਂ ਬੰਦ ਹੋਣ ਦੇ ਕਿਨਾਰੇ ਹੋ ਗਈਆਂ ਜਾਂ ਉਹਨਾਂ ਵਿੱਚ ਵਿਦਿਆਰਥੀ ਘੱਟ ਗਏ ਤੇ ਆਈਲੈਟਸ ਵੱਲ ਨੂੰ ਸਾਰੇ ਜਾਣੇ ਸ਼ੁਰੂ ਹੋ ਗਏ। ਇਹ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਪੰਜਾਬ ਸਮੇਂ ਸਮੇਂ ਤੇ ਆਪਣੇ ਆਪ ਦੇ ਵਿੱਚ ਫੇਸ ਕਰ ਰਿਹਾ, ਤੇ ਇਸ ਵੇਲੇ ਗੱਲ ਹੁਣ ਇੱਥੋਂ ਤੱਕ ਬਣਦੀ ਜਾਂਦੀ ਆ ਵੀ ਸਾਨੂੰ ਇਹਨਾਂ ਸਾਰੀਆਂ ਗੰਭੀਰ ਸਮੱਸਿਆਵਾਂ ਬਾਰੇ ਸੋਚਣਾ ਪਏਗਾ। ਸਾਡੇ ਕੋਲ ਕਲਰ ਜੁੜੇ ਨੇ ਜੀ। ਹੈਲੋ 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 ਹਾਂਜੀ ਕੌਣ ਬੋਲ ਰਿਹਾ ਜੀ? ਹਾਂਜੀ ਬਸਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਰ ਪਰਮਜੀਤ ਸਿੰਘ ਬੋਲ ਰਹੇ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਸਰ ਇਸ ਤੋਂ ਜਿਹੜਾ ਪ੍ਰੋਗਰਾਮ ਦੇਖ ਰਿਹਾ ਤੇ ਆਪਣੀ ਗੱਲਬਾਤ ਹੋ ਰਹੀ ਹੈਗੀ ਆ ਪ੍ਰਵਾਸੀ ਮਜ਼ਦੂਰਾਂ ਲਈ ਜਾਂ ਵੀ ਆਪਣੇ ਪੰਜਾਬ ਦੇ ਵਿੱਚ ਇੱਥੇ ਕੰਮ ਕਰਦੇ ਆ ਲੋਕੀ। ਹਾਂਜੀ, ਤੇ ਇਹਨਾਂ ਨੂੰ ਆਪਣੇ ਪੰਜਾਬ ਦੀਆਂ ਫੈਕਟਰੀਆਂ 'ਚ ਕੰਮ ਕਿੱਦਾਂ ਕੀਤਾ ਜਾਏਗਾ? ਹਨਾ, ਪਰ ਇੱਕ ਗੱਲ ਇਹ ਵੀ ਆ ਵੀ ਦੇਖੋ ਆਪਾਂ ਜਿਹੜੀ ਲੇਬਰ ਰੱਖਦੇ ਹਾਂ ਇੱਥੇ ਪੰਜਾਬ ਦੇ ਵਿੱਚ ਭਾਵੇਂ ਫੈਕਟਰੀਆਂ 'ਚ ਜਾਂ ਦੁਕਾਨਾਂ ਦੇ ਖੇਤਾਂ ਦੇ ਵਿੱਚ, ਉਹਨਾਂ ਨੂੰ ਲੇਬਰ ਜਿਹੜੀ ਨਾ ਦੇ ਬਰਾਬਰ ਦਿੱਤੀ ਜਾਂਦੀ ਹੈ। ਜਿੱਦਾਂ ਦਿਹਾੜੀ ਉਹਨਾਂ ਨੂੰ 250 ਮਿਲਦੀ ਜਾਂ ਕੁਛ ਵੀ ਮਿਲਦਾ ਆ, ਤੇ ਹੁਣ ਜੇ ਤੁਸੀਂ ਪੰਜਾਬੀ ਲੇਬਰ ਨੂੰ ਕਹੋਗੇ ਵੀ ਤੂੰ ਇਸ ਲੇਬਰ ਦਿਹਾੜੀ ਦੇ ਕੰਮ ਕਰੋ, ਨਹੀਂ ਮੰਨਦੇ, ਨਹੀਂ ਮੰਨਦੇ ਹੀ ਨਹੀਂ ਮੰਨਦੇ, ਠੀਕ ਹੈ ਨਾ? ਜਾਂ ਜਿਹੜੇ ਆਪਣੇ ਹੈਗੇ ਹੁਣ ਪੰਜਾਬ ਦੇ ਭਾਵੇਂ ਇੰਡਸਟਰੀਅਲ ਜਾਂ ਕੋਈ ਵੀ ਹੈਗਾ, ਇਹ ਜ਼ਿਆਦਾ ਪ੍ਰੋਪਰ ਜੋ ਬਣਦੀ ਦਿਹਾੜੀ ਆ ਜਿਹੜੀ ਇਹ ਲੋਕੀ ਗਾਹਾਂ ਦਿੰਦੇ ਹੈਗੇ ਆ ਵੀ ਗੌਰਮੈਂਟ ਨੂੰ ਭੇਜਦੇ ਵੀ ਮੈਂ ਇੰਨੀ ਲੇਬਰ ਰੱਖੀ ਤੇ ਯਾਨੀ ਇਹ ਯਾਨੀ ਦਿਖਾਵਾ ਕਰਦੇ ਹੋ ਵੀ ਅਸੀਂ 10,000 ਸੈਲਰੀ ਦੇ ਰਹੇ ਹਾਂ ਜਾਂ 15,000 ਸੈਲਰੀ ਦੇ ਰਹੇ ਹਾਂ, ਪਰ ਜਦ ਧੀਵਰ ਨੂੰ ਮਿਲਦੀ 6,000-7,000 ਉਹਦਾ ਵਿਰੋਧ ਵੀ ਨੀ ਕੋਈ ਕਰ ਸਕਦਾ ਕਿਉਂਕਿ ਰੋਟੀ ਸਾਰਿਆਂ ਨੇ ਖਾਣੀ ਹੈ। ਬਿਲਕੁਲ ਜੀ, ਤੇ ਇਹ ਜਿਹੜਾ ਹੈਗਾ ਜ਼ਿਆਦਾ ਵੀ ਜਿੱਦਾਂ ਹੁਣ ਯੂਪੀ ਬਿਹਾਰ ਤੇ ਤੁਹਾਨੂੰ ਜੇ ਪਤਾ ਹੋਵੇ ਤੇ ਰਾਜਸਥਾਨ ਦੇ ਵਿੱਚ ਗੌਰਮੈਂਟ ਵੱਲੋਂ 350 ਰੁਪਇਆ ਦਿਹਾੜੀ, ਭਾਵੇਂ ਉਹ ਕੋਈ ਲੇਬਰ ਜਿਹੜਾ ਆ ਬਈ ਸ਼ੋਪ ਦੇ ਵਿੱਚ ਭਾਵੇਂ ਝਾੜੂ ਹੀ ਲਾਉਂਦਾ ਉਹਨੂੰ 350 ਰੁਪਇਆ ਦਿਹਾੜੀ ਮਿਲਦੀ ਆ ਮਿਲਣੀ ਆ। ਅੱਛਾ ਜੀ, ਅਮਰਿੰਦਰ ਸਾਹਿਬ ਨੂੰ ਵੀ ਆਰਡਰ ਆਏ ਹੋਏ ਆ ਸੈਂਟਰ ਤੋਂ, ਪਰ ਇਹਨਾਂ ਨੇ ਹਜੇ ਤੱਕ ਲਾਗੂ ਨਹੀਂ ਕੀਤੇ, ਕਾਰਨ ਇੰਡਸਟਰੀਅਲ ਜਿਹੜੇ ਆ ਇਹ ਉੱਪਰ ਉਹਨਾਂ ਨੂੰ ਰਿਸ਼ਵਤ ਜਾਂ ਜੋ ਵੀ ਆਪਾਂ ਕਹਿ ਲਈਏ, ਆਪਾਂ ਸਿੱਧੇ ਤੌਰ ਤੇ ਮੈਂ ਤਾਂ ਕਹਿ ਰਿਹਾ ਹਾਂ ਵੀ ਇਹ ਇਹਨਾਂ ਨੂੰ ਪੈਸਾ ਚਾੜ ਦਿੰਦੇ ਤੇ ਜਿਹੜੇ ਉੱਪਰ ਮੰਤਰੀ ਬੈਠੇ ਉਹ ਥੱਲੇ ਆਰਡਰ ਨਹੀਂ ਪਾਸ ਕਰਦੇ। ਜੇ ਇਹ ਹੁਣ ਆਰਡਰ ਪਾਸ ਕਰ ਦਿੱਤੇ ਜਾਣ ਤਾਂ ਦੇਖੋ ਆ ਕੋਈ ਵੀ ਬੰਦਾ ਭਾਵੇਂ ਇੰਡੀਆ 'ਚ ਰਹਿੰਦਾ ਉਹਨੂੰ ਵੀ ਘੱਟੋ ਘੱਟ ਜਿਹੜੀ ਇੱਕ ਦਿਨ ਮਹੀਨੇ ਦੀ ਸੈਲਰੀ ਆ ਉਹ 10,500 ਤਾਂ ਮਿਲੇਗੀ ਮਿਲੇਗੀ ਜੀ, ਤੇ ਉਹ ਹੱਸ ਕੇ ਕੰਮ ਕਰੇਗਾ ਕਿਉਂਕਿ ਇਹ ਜਿਹੜੀ ਦਿਹਾੜੀ ਆ 350 ਤੋਂ ਲੈ ਕੇ 600 ਰੁਪਏ ਜਿਹੜਾ ਆ ਬਈ ਕੀਤੀ ਹੋਈ ਆ ਉੱਪਰੋਂ ਫਿਕਸ, ਯਾਨੀ ਕੈਟੇਗਰੀ ਦੇ ਹਿਸਾਬ ਨਾਲ, ਪਰ ਇੱਥੇ ਦਿੱਤੀ ਨੀ ਜਾਂਦੀ। 100-150 ਕਿਤੇ ਵੀ ਦੇਖ ਲਓ, ਫਗਵਾੜੇ 'ਚ ਆਪਣੇ ਲੈ ਲਓ 6,000 ਨੂੰ ਮੁੰਡੇ ਰੱਖੇ, 5,000 ਬਿਲਕੁਲ ਹੈ ਜੀ, ਬਿਲਕੁਲ ਹੈਗੀ ਆ। ਹੁਣ ਇਹੀ ਜੇ ਸੈਲਰੀ ਸਹੀ ਮਿਲੇ ਤੇ ਕਿਉਂ ਨੀ ਲੋਕੀ ਕੰਮ ਕਰੂਗੇ? ਬਿਲਕੁਲ ਜੀ, ਗੱਲ ਤੁਹਾਡੀ ਵੀ ਠੀਕ ਆ, ਤੇ ਜੇ ਆਪਾਂ ਇੰਡਸਟਰੀ ਵਾਲਿਆਂ ਦਾ ਪੱਖ ਸੁਣਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਸਾਨੂੰ ਇਹਨੇ ਮਾਰਜਨ ਹੀ ਹੈ ਨਹੀਂ, ਅਸੀਂ ਫੇਲ ਹੋ ਜਾਂਦੇ ਹਾਂ ਅਗਰ ਅਸੀਂ ਜ਼ਿਆਦਾ ਸੈਲਰੀ ਦਿੰਦੇ ਹਾਂ, ਤੇ ਜੇ ਨਹੀਂ ਦਿੰਦੇ ਇਹ ਗਵਰਨਮੈਂਟ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਕਿ ਬੇਸ਼ੱਕ ਕੋਈ ਨਾ ਕੋਈ ਪੈਕੇਜ ਇੰਡਸਟਰੀ ਵਾਲਿਆਂ ਨੂੰ ਦੇਣ। ਬਿਲਕੁਲ, ਪੈਕੇਜ ਦੇਣ ਦੀ ਗੱਲ ਤੇ ਬਿਲਕੁਲ ਹੋਣੀ ਚਾਹੀਦੀ ਹੈ, ਪਰ ਗੱਲ ਇੱਥੇ ਡਿਮਾਂਡ ਮੰਗ ਤੇ ਪੂਰਤੀ ਦੇ ਨਾਲ ਗੱਲ ਜੁੜੀ ਹੋਈ। ਹਾਂ, ਜਿਸ ਵੇਲੇ ਸਾਡੇ ਕੋਲ ਲੇਬਰ ਮਿਲੇਗੀ, ਫੋਨ ਕਟਾ ਦੀ ਪਹਿਲਾਂ, ਧੰਨਵਾਦ ਜੀ ਕਾਲ ਕਰਨ ਲਈ। ਠੀਕ ਹੈ ਠੀਕ ਹੈ, ਹਾਂਜੀ ਓਕੇ, ਧੰਨਵਾਦ ਜੀ ਧੰਨਵਾਦ। ਮੈਂ ਗੱਲ ਕਰ ਰਿਹਾ ਸੀ ਮੰਗ ਤੇ ਪੂਰਤੀ ਦੇ ਨਾਲ ਗੱਲ ਜੁੜੀ ਵਾ, ਜਿਸ ਵੇਲੇ ਸਾਡੇ ਕੋਲ ਹੁਣ ਲੇਬਰ ਨਹੀਂ ਹੋਏਗੀ ਜਿਹਨੂੰ ਅਸੀਂ ਯੂਪੀ ਬਿਹਾਰ ਦੀ ਪ੍ਰਵਾਸੀ ਲੇਬਰ ਕਹਿੰਦੇ ਹਾਂ, ਤੇ ਉਹ ਸਾਨੂੰ ਪੰਜਾਬੀ ਲੇਬਰ ਤੇ ਡਿਪੈਂਡ ਕਰਨਾ ਪਏਗਾ। ਜੇ ਅਸੀਂ ਆਪਣੇ ਕਾਰੋਬਾਰ ਚਲਾਉਣੇ ਨੇ ਤੇ ਸਾਨੂੰ ਮਜ਼ਦੂਰਾਂ ਦੀ ਨਿਯਤ ਕੀਤੀ ਹੋਈ ਦਿਹਾੜੀ ਜਿਹੜੀ ਆ ਉਹ ਦੇਣੀ ਪਏਗੀ, ਭਾਵੇਂ ਕਿ ਕਾਰੋਬਾਰੀਆਂ ਦਾ ਇੱਕ ਪੱਖ ਇਹ ਹੁੰਦਾ ਵੀ ਅਸੀਂ
जिस ढंग दे नाल कोई चीज़ की कीमत फिक्स करते हैं उहदे उत्ते जे लेबर साडे कोल वध आउंदी आ ते कीमत उस मटीरियल की ज़्यादा हो जाती है तो सानू कंपीट करन औखा हुंदा तो ये सारे पक्ष नाल नाल जुड़े हुए ने पर गल हुण इत्थे आउंदी आ भी जिस वेले पंजाबी लोग अपने तौर पर भी काम करन लगणगे खेतीबाड़ी दे विच जिहड़ी खेती मजदूर ने वह भी इत्थों दे लोग काम करना मुड़ के शुरू कर देणगे तो वो समस्या जिहड़ी है आने वाले समय दे विच खत्म होने की संभावना हो सकती है जे असी अपने अर्थचारे नूं बचाउणा तो सानू इस किस्म के कदम चुकने भी पैणगे तो जिससे मैं गल कर रहा सी वोकेशनल सिक्ख्या की भी जे नवीं जॉब्स पैदा होनिया ने और नवे अर्थचारे दे विच क्योंकि मुढ़ों सुढ़ों हुण सारा कुछ आपां नूं शुरू करना पैणा जिते सेंटर लैवल से वक्ो वक्रे पैकेज जोड़े ने इंडस्ट्री लिस्टा दिते गल छिड़ी हुई है वक्ो वक्रे जोड़े फैक्ट्रिया नवी लाने की गल भी तुरी है क्योंकि लॉकडाउन तो बाद एक नवा अर्थचारा उसारण जतन होने ने ते इस मामले पर जड़िया सरकार ने स्टेट दरकार उन्होंने भी अपने पॉलिसी मैटर के अनुसार गल करनी चाहिए है। मैं कई बार यह गल करता भी पंजाब के एग्रीकल्चर के नाल संबंधित इंडस्ट्री लाने की लोड़ है तो जे इत्थे एग्रीकल्चर के नाल इंडस्ट्री लाने की गल सिरे चढ़ जाती है सही महीनों के विच ते पंजाब क्योंकि खेती आधारित सूबा है इत्थों के लोग खुशहाल हो सकते हैं क्योंकि पंजाब कोल ना तो कोई खाण है ना कोई एड्डी वड्डी होर फैक्ट्री है ना कोई इदा का कोई बोलता है जिदे नाल वह पैसे इकट्ठे कर सके उहदे कोल तां इक्को गल है खेती है कणक है उसके कोल बासमती है चौल ने जां नवे बीज जिहड़े उन्हां दे नाल नवी जिहड़ी खेती की गल असीं करदे आ उहदे नाल संबंधित कुछ होर चीज़ां जिहड़ियां ने उगाईआं जा सकदियां ने और इस नूं सही ढंग दे नाल बीज वट करन तों बाद जे इहदा मंडीकरण किया जाए और सही ढंग दे नाल इसदी स्टोरेज की जा सके तो पंजाब मुड़ के फिर पक्के पैरां ते आ सकदा और इस मामले दे उत्ते जिहड़ी प्रवासी लेबर आ जे वह चले भी जाती है तो इत्थों के नौजवान जिहड़े ने उन्हां नूं चंगे कम्मां दे विच ला के उन्हां नूं बकायदा तौर पर ट्रेनिंग दे के इस गल दे लई रुचित किया जा सकता। मैं प्रवासी मजदूरां दे कोई विरोध की गल नहीं करता पर एक गल बड़ी पक्की सिद्धी है ਤੇ ਇੱਥੋਂ ਦੇ ਲੋਕਾਂ ਨੂੰ ਉਹਨਾਂ ਤੇ ਬਿਲਕੁਲ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਹੈ। ਹਾਂ ਬਿਲਕੁਲ ਪਲੇਸ ਸਾਹਿਬ ਮੈਂ ਉਹੀ ਗੱਲ ਕਰਦਾ ਸੀ ਕਿ ਆਪਾਂ ਗੱਲ ਕਰ ਰਹੇ ਨੇ ਕਈ ਵਾਰੀ ਕਿ ਇੱਥੇ ਦੇ ਆਪਣੇ ਨੌਜਵਾਨ ਨੇ ਉਹ ਅਰਬ ਦੇਸ਼ਾਂ ਵਿੱਚ ਜਾ ਕੇ ਟਾਈਲਾਂ ਲਾਉਣ ਦਾ ਕੰਮ ਕਰਦੇ ਨੇ ਤੇ ਜਿਹੜੀਆਂ ਇੱਥੇ ਟਾਈਲਾਂ ਫਿੱਟ ਕਰਦੇ ਨੇ ਉਹ ਪ੍ਰਵਾਸੀ ਮਜ਼ਦੂਰ ਕਰਦੇ ਨੇ। ਬਿਲਕੁਲ ਇੱਥੇ ਦੇ ਲੋਕ ਉੱਥੇ ਜਾ ਕੇ ਲੋਹੇ ਦਾ ਕੰਮ ਕਰਦੇ ਨੇ ਜਿਹੜਾ ਇੱਥੇ ਸਰੀਆ ਬੰਨਣ ਦਾ ਜਾਂ ਹੋਰ ਕੰਮ ਕਰਦੇ ਨੇ ਉਹ ਪ੍ਰਵਾਸੀ ਮਜ਼ਦੂਰ ਕਰਦੇ ਨੇ। ਆਪਾਂ ਆਪਣੇ ਘਰ ਇੱਥੇ ਉਹ ਕੰਮ ਨਹੀਂ ਕਰਦੇ ਬੇਸ਼ੱਕ ਉੱਥੇ ਸਾਡੇ ਨਾਲੋਂ 5-10 ਹਜ਼ਾਰ ਦਾ ਸੈਲਰੀ ਵੱਧ ਮਿਲ ਜਾਊਗੀ ਲੇਕਿਨ ਖਰਚੇ ਵੀ ਤਾਂ ਪੈਂਦੇ ਆ ਨਾ ਟਿਕਟਾਂ ਲੱਗਦੀਆਂ ਸਭ ਕੁਝ ਲੱਗਦੀਆਂ ਇੱਥੇ ਕਿਉਂ ਨਹੀਂ ਇੱਥੇ ਚੱਲ ਜਾਂਦੇ ਆ ਤੇ ਸਮਾਂ ਵੀ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਇਸ ਤੋਂ ਪਹਿਲਾਂ ਕੁਛ ਖਾਸ ਜਿਹੜੀਆਂ ਹਾਈਲਾਈਟਸ ਨੇ ਉਹ ਨੇ ਕਿ ਸੁਪਰੀਮ ਕੋਰਟ ਨੇ ਇੱਕ ਪਰਸਨ ਨੇ ਉੱਥੇ ਰਿਟ ਪਾਈ ਸੀ ਕਿ ਜਿਹੜਾ ਸੋਸ਼ਲ ਡਿਸਟੈਂਸ ਸ਼ਬਦ ਆ ਉਹਨੂੰ ਖਤਮ ਕੀਤਾ ਜਾਵੇ। ਸੁਪਰੀਮ ਕੋਰਟ ਨੇ ਉਹਨੂੰ ਫਾਈਨ ਲਗਾਇਆ ਕਿ ਤੁਸੀਂ ਇਹ ਜਿਹੜੀ ਆ ਰਿਟ ਪਾ ਕੇ ਸਾਡਾ ਟਾਈਮ ਖਰਾਬ ਕੀਤਾ ਆ। USA ਦੇ ਵਿੱਚ ਬਾਪ ਤੇ ਬੇਟੀ ਜੋ ਦੋਨੇ ਡਾਕਟਰ ਸੀ ਉਹਨਾਂ ਦੀ ਨਿਊ ਜਰਸੀ ਦੇ ਵਿੱਚ ਮੌਤ ਹੋਈ ਆ ਪੰਜਾਬੀ ਸੀ ਉਹ ਤੇ ਬੜੇ ਦੁੱਖ ਦੀ ਜਿਹੜੀ ਆ ਇਹ ਵੀ ਖਬਰ ਆਈ ਆ ਤੇ ਉੱਥੇ ਜੈਪੁਰ ਦੇ ਵਿੱਚ 92 ਸਾਲਾ ਵਿਅਕਤੀ ਨੇ ਕੋਰੋਨਾ ਤੇ ਜਿੱਤ ਪ੍ਰਾਪਤ ਕੀਤੀ ਆ ਤੇ ਭਵਾਨੀ ਸ਼ੰਕਰ ਨਾਮ ਆ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਲਕੋਹਲ ਕਦੀ ਪੀਤੀ ਨਹੀਂ ਜਦੋਂ ਕਿ ਇੱਥੇ ਪ੍ਰਚਾਰ ਇਹ ਹੋ ਰਿਹਾ ਸੀ ਕਿ ਅਲਕੋਹਲ ਪੀਣ ਨਾਲ ਕੋਰੋਨਾ ਮਰਦਾ ਉਹ ਕਹਿੰਦੇ ਅਲਕੋਹਲ ਕਦੀ ਮੈਂ ਪੀਤੀ ਨਹੀਂ ਤੇ ਮੈਂ ਤਾਂ ਆਪਣਾ ਵਾਕ ਕਰਦਾ ਹਾਂ ਤੇ ਹੋਰ ਐਕਸਰਸਾਈਜ਼ ਕਰਦਾ ਹਾਂ ਜਿਹਦੇ ਕਰਕੇ ਮੇਰਾ ਜਿਹੜਾ ਸਿਸਟਮ ਇੰਨਾ ਸਟਰੋਂਗ ਆ ਕਿ ਮੈਂ 92 ਸਾਲ ਦੀ ਉਮਰ ਵਿੱਚ ਵੀ ਇਹਨੂੰ ਜਿੱਤ ਲਈ। ਤੇ ਇੱਕ 5ਵੀਂ 8ਵੀਂ ਤੇ 10ਵੀਂ ਦੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਸਾਰਿਆਂ ਨੂੰ ਕੈਪਟਨ ਸਾਹਿਬ ਨੇ ਇੱਕ ਆਰਡਰ ਕਰਤਾ ਤੇ ਉਹਨਾਂ ਨੂੰ ਅਗਲੀ ਕਲਾਸ ਵਿੱਚ ਜਿਹੜਾ ਭੇਜ ਦਿੱਤਾ ਗਿਆ ਆ। एक फगवाड़े लिए माण की खबर यह है कि जी JCT आ जिन्हों एक कॉन्ट्रैक्ट मिलया सी PPE किट बनाउण दा 1,70,000 तो बाद डेली किट जिहड़ियां ने उत्थे बनियां उह शुरू हो रही ने ते आने वाले टाइम दे 2.5 लाख तो उपर जिहड़ी आ किट आ फगवाड़े तो बन के पूरे इंडिया दे विच उह सप्लाई होगी। फगवाड़े लिए जिहड़ी आ इह बड़ी माण वाली जिहड़ी एक खबर आ ते मतलब पलाई साहब आपां नूं समां हुण जिहड़ा आ उह साडा ज़्यादा इजाजत नहीं दे रहा ते दुबारा फिर आपां अगलियां चर्चावां लै के अपने दर्शकां दे नाल हाजिर होवांगे। फिलहाल ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।